ਪੰਦੇਰ ਸਾਹਿਬ ਹੁਣ ਚਰਨਦੀਪ ਚੰਨੀ ਦੇ ਭਾਣਜੇ ਨੂੰ ਈਡੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂਜੀ ਬਿਲਕੁਲ ਇਹ ਗ੍ਰਿਫਤਾਰੀ ਦੇਰ ਰਾਤ ਹੋਈ ਹੈ ਜੀ 12:30 ਵਜੇ ਦੇ ਆਸ ਪਾਸ ਜੀ ਜਿਹੜੇ ਚਰਨਜੀਤ ਚੰਨੀ ਦੇ ਭਾਣਜੇ ਆ ਭੁਪਿੰਦਰ ਸਿੰਘ ਉਹਨਾਂ ਦਾ ਜਿਹੜਾ ਛੋਟਾ ਨਾਂ ਹਨੀ ਹੈ ਜੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜੀ ਔਰ ਈਡੀ ਨੇ ਇਨਵੈਸਟੀਗੇਸ਼ਨ ਉਹਨਾਂ ਦੀ ਚੱਲ ਰਹੀ ਸੀ ਜਿਹੜਾ ਗੈਰ ਕਾਨੂੰਨੀ ਰੇਤ ਦਾ ਬਿਜ਼ਨਸ ਹੈ ਔਰ ਉਹ ਉਹਨਾਂ ਦੀ ਮਾਈਨਿੰਗ ਵੀ ਕਰਦੇ ਸੀ ਜਦੋਂ ਛਾਪਾਮਾਰੀ ਉਹਨਾਂ ਦੇ ਘਰ ਦੇ ਉੱਪਰ ਮੋਹਾਲੀ ਔਰ ਹਰਿਆਣੇ ਦੇ ਵਿੱਚ ਕਈ ਦਫ਼ਤਰਾਂ ਦੇ ਵਿੱਚ ਜਾਂ ਜਗ੍ਹਾਵਾਂ ਦੇ ਉੱਤੇ ਉਹਨਾਂ ਦੇ ਛਾਪਾਮਾਰੀ ਹੋਈ ਲੁਧਿਆਣੇ ਵਾਲੇ ਘਰ ਦੇ ਵਿੱਚੋਂ ਸ਼ਾਇਦ ਉੱਥੇ ਔਰ ਹੋਰ ਉਹਨਾਂ ਦੇ ਆਫਿਸ ਦੇ ਵਿੱਚੋਂ 10 ਕਰੋੜ ਦੇ ਆਸ ਪਾਸ ਨਗਦੀ ਫਿਰ ਕਈ ਜਿਹੜੀਆਂ ਹੈਗੀਆਂ ਮਹਿੰਗੀਆਂ ਵਸਤੂਆਂ ਜਿਵੇਂ ਮਹਿੰਗੀਆਂ ਘੜੀਆਂ ਔਰ ਕੋਈ 60 ਕਰੋੜ ਦੇ ਆਸ ਪਾਸ ਜਾਇਦਾਦ ਦੇ ਦਸਤਾਵੇਜ਼ ਵਗੈਰਾ ਮਿਲਣ ਦੀ ਖਬਰ ਸੁਰਖੀਆਂ ਬਣੀ ਰਹੀ ਹੈ ਪਰ ਈਡੀ ਉਸ ਦੇ ਉੱਤੇ ਹੋਰ ਉਹਨਾਂ ਦੇ ਕਲੈਰੀਫਿਕੇਸ਼ਨ ਲੈਂਦੀ ਰਹੀ ਹੈ ਲੈ ਰਹੀ ਸੀ ਅਤੇ ਕੱਲ੍ਹ ਉਹਨਾਂ ਨੂੰ ਸਮਨ ਕੀਤਾ ਸੀ ਜਲੰਧਰ ਵਾਲੇ ਆਫਿਸ ਦੇ ਵਿੱਚ ਜਲੰਧਰ ਵਾਲੇ ਆਫਿਸ 'ਚ ਜਦੋਂ ਸ਼ਾਮ ਨੂੰ ਹਨੀ ਪੇਸ਼ ਹੋਏ ਤਾਂ ਕੋਈ 5-5.5 ਘੰਟੇ ਉਹਨਾਂ ਦੀ ਉੱਥੇ ਪੁੱਛਗਿੱਛ ਚੱਲਦੀ ਰਹੀ ਜਿਸ ਤੋਂ ਬਾਅਦ ਈਡੀ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਭੁਪਿੰਦਰ ਸਿੰਘ ਹਨੀ ਨੂੰ ਅਰੈਸਟ ਕਰ ਲਿਆ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਸਿਵਲ ਹਸਪਤਾਲ ਸੀ ਉੱਥੇ ਲਿਜਾ ਕੇ ਉਹਨਾਂ ਦੀ ਡਾਕਟਰੀ ਵੀ ਕਰਵਾਤੀ ਕਿ ਕੋਈ ਨਿਸ਼ਾਨ ਜਾਂ ਯੇ ਵੋ ਦੇਖਣ ਨੂੰ ਕੋਈ ਬੋਡੀ ਦੇ ਉੱਤੇ ਇੰਜ ਨਾ ਹੋਵੇ ਕੋਈ ਐਂਗਜ਼ਾਇਟੀ ਕਈ ਸਿਮਟਮਸ ਹੁੰਦੇ ਨੇ ਅਤੇ ਡਾਕਟਰਸ ਨੇ ਆਪਣੀ ਜਿਹੜੀ ਸੀਗੀ ਮੈਡੀਕਲ ਰਿਪੋਰਟ ਵੀ ਦੇ ਦਿੱਤੀ ਸੋ ਇਹਦੇ ਉੱਪਰ ਜਿਹੜੀ ਹੈਗੀ ਆ ਅਗਲੀ ਕਾਰਵਾਈ ਹੁਣ ਇਹ ਹੋਏਗੀ ਕਿ ਸ਼ਾਇਦ ਅੱਜ ਜਾਂ ਕੱਲ੍ਹ 24 ਘੰਟਿਆਂ ਦੇ ਵਿੱਚ ਇੱਕ ਸਪੈਸ਼ਲ ਕੋਰਟ ਦੇ ਸਾਹਮਣੇ ਪੇਸ਼ ਕਰਨਾ ਹੋਏਗਾ ਫਿਰ ਅਗਲੀ ਕਾਰਵਾਈ ਕੀ ਹੁੰਦੀ ਆ ਉਹ ਦੇਖਣ ਵਾਲੀ ਹੋਊਗੀ ਹੁਣ ਕਿਹੜੇ ਜਿਹੜੇ ਹੈਗੇ ਦੋਸ਼ਾਂ 'ਚ ਅਰੈਸਟ ਕੀਤਾ ਗਿਆ ਕਿ ਈਡੀ ਉਹਨਾਂ ਕੋਲੋਂ ਹੋਰ ਕੀ ਭਾਲਦੀ ਆ ਜਿਹੜੀ ਕਸਟੋਡੀਅਲ ਜਿਸ ਨੂੰ ਕਹਿੰਦੇ ਆ ਇੰਟੈਰੋਗੇਸ਼ਨ ਦੀ ਕੀ ਲੋੜ ਪਏਗੀ ਹੋਰ ਰਿਕਵਰੀਜ਼ ਕੀ ਹੋ ਸਕਦੀਆਂ ਨੇ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਜਿਹੜੀ ਇਹਦੀ ਸਰਕਾਰੀ ਪੁਸ਼ਟੀ ਹੈ ਇਸ ਅਰੈਸਟ ਦੀ ਉਹ ਹਾਲੇ ਤੱਕ ਨਹੀਂ ਹੋਈ ਇਹ ਜਿਹੜੇ ਹੈਗੇ ਆ ਮੀਡੀਆ ਰਿਪੋਰਟਸ ਨੇ ਜਾਂ ਸੋਸ਼ਲ ਮੀਡੀਆ ਦੀਆਂ ਰਿਪੋਰਟਸ ਨੇ ਉਹਨਾਂ ਦੇ ਉੱਤੇ ਹੈਗਾ ਸਾਰੇ ਪਾਸੇ ਇਹ ਗੱਲ ਹੈਗੀ ਹੈ ਐਕਸਪੈਕਟਿਡ ਆ ਕਿ ਅੱਜ ਬਾਅਦ ਦੁਪਹਿਰ ਤੱਕ ਐਨਫੋਰਸਮੈਂਟ ਡਾਇਰੈਕਟੋਰੇਟ ਜਦੋਂ ਹਨੀ ਨੂੰ ਕਿਸੇ ਅਦਾਲਤ 'ਚ ਪੇਸ਼ ਕਰੇਗੀ ਉਦੋਂ ਕੋਈ ਨਾ ਕੋਈ ਜਿਹੜਾ ਇਹਦਾ ਹੈਗਾ ਆਫੀਸ਼ੀਅਲ ਵਰਜ਼ਨ ਸਾਹਮਣੇ ਆਏਗਾ ਅਤੇ ਜੀ ਹੁਣ ਨਵਜੋਤ ਸਿੰਘ ਸਿੱਧੂ ਨੇ ਇੱਕ ਬਿਆਨ ਦਿੱਤਾ ਕਹਿੰਦੇ ਵੀ CM ਦਾ ਚਿਹਰਾ ਕੌਣ ਹੋਏਗਾ ਕਹਿੰਦੇ ਇਹ ਮੈਂ ਜਾਂ ਫਿਰ ਸੁਨੀਲ ਜਾਖੜ ਨੇ ਤੈਅ ਨਹੀਂ ਕਰਨਾ ਇਹ ਹਾਈਕਮਾਂਡ ਕਰੇਗੀ ਵਾਸੂ ਜੀ ਉਹਨਾਂ ਨੇ ਹਾਈਕਮਾਂਡ ਦਾ ਨਾਂ ਤਾਂ ਨਹੀਂ ਪੂਰਾ ਲਿਆ ਪਰ ਕਾਫੀ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜੇ ਸੀਗੇ ਸੋਰੀ ਜਿਹੜੇ ਆਪਣੇ ਨਵਜੋਤ ਸਿੱਧੂ ਸੀ ਉਹ ਪਿਛਲੇ ਦਿਨ ਮਾਤਾ ਵੈਸ਼ਨੋ ਦੇਵੀ ਦੇ ਮੰਦਰ ਆਪਣੇ ਮੱਥਾ ਟੇਕਣ ਗਏ ਹੋਏ ਸੀ ਅਤੇ ਕਾਫੀ ਜਿਹਨੂੰ ਕਹਿੰਦੇ ਤੇਜ਼ ਤਲਾਰ ਜਾਂ ਟੋਟਲ ਬੜਾ ਜ਼ਬਰਦਸਤ ਕੰਪੀਟੀਸ਼ਨ ਚੱਲ ਰਿਹਾ ਕਾਂਗਰਸ ਪਾਰਟੀ ਜਿਹੜੀ ਹੈ ਉਹ ਸਰਵੇ ਚਲਾ ਰਹੀ ਹੈ ਕੌਣ CM ਚਿਹਰਾ ਹੋਣਾ ਚਾਹੀਦਾ ਜਿਹੜੀ ਆ ਸਾਨੂੰ ਅੰਦਰਲੀ ਇਨਫੋਰਮੇਸ਼ਨ ਇਹ ਹੈ ਕਿ ਚਰਨਜੀਤ ਚੰਨੀ ਵੱਲ ਪਲੜਾ ਝੁਕਦਾ ਜਾ ਰਿਹਾ ਅਤੇ ਲੋਕਾਂ ਦਾ ਰਿਸਪੋਂਸ ਚਰਨਜੀਤ ਚੰਨੀ ਵੱਲ ਜ਼ਿਆਦਾ ਵਾ ਔਰ ਨਵਜੋਤ ਸਿੱਧੂ ਜਦੋਂ PCC ਦੇ ਪ੍ਰਧਾਨ ਬਣਾਏ ਗਏ ਸੀ ਉਦੋਂ ਉਹਨਾਂ ਦੀ ਬਹੁਤ ਹੀ ਜ਼ਿਆਦਾ ਪਾਪੂਲੈਰਿਟੀ ਸੀ ਲੋਕਾਂ ਦਾ ਜਿਹੜਾ ਸਪੈਸ਼ਲੀ ਯੁਵਾ ਵਰਗ ਜਿਹੜਾ ਸੀ ਉਹ ਉਹਨਾਂ ਦੇ ਵੱਲ ਪੂਰਾ ਝੁਕਿਆ ਹੋਇਆ ਸੀ ਰੁਝਾਨ ਇੱਕ ਹਨੇਰੀ ਜਿਹਨੂੰ ਕਹਿੰਦੇ ਆ ਪੰਜਾਬ 'ਚ ਨਵਜੋਤ ਸਿੱਧੂ ਦੇ ਹੱਕ 'ਚ ਝੁਲ ਰਹੀ ਸੀ ਪਰ ਫਿਰ ਉਸ ਤੋਂ ਬਾਅਦ ਜਿਹੜੀ ਬੇਸ਼ੱਕ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਜਾਂ ਬਾਰ ਬਾਰ ਰੁੱਸ ਕੇ ਘਰੇ ਬੈਠ ਜਾਣਾ ਫਿਰ ਆਪਣੀ ਹੀ ਗੱਲ ਮਨਾਉਣੀ ਉਹਦੇ ਵਿੱਚ ਉਹ ਸ਼ਾਇਦ ਕਈ ਪਾਸੇ ਲੋਕਾਂ ਨੂੰ ਪਸੰਦ ਨਹੀਂ ਆਈ ਦੂਸਰੀ ਗੱਲ ਇਹ ਹੈ ਕਿ ਜੀ ਜਿਹੜਾ ਬੇਸ਼ੱਕ ਪੰਜਾਬ ਦੀ ਉੱਪਰਲੇ ਸਤਰ ਦੇ ਉੱਪਰ ਅਸੀਂ ਜਦੋਂ ਦੇਖਦੇ ਹਾਂ ਇੱਕ ਉਹ ਕੰਪੋਜ਼ਿਟ ਕਲਚਰ ਲੱਗਦਾ ਪਰ ਜੇ ਧਿਆਨ ਨਾਲ ਦੇਖੀਏ ਅਸੀਂ ਆਪਣੇ ਪਿੰਡਾਂ 'ਚ ਵੀ ਦੇਖੀਏ ਜਿਹੜੀਆਂ ਹੈਗੀਆਂ ਪਿੰਡਾਂ ਦੇ ਵਿੱਚ ਜਾਤ ਬਰਾਦਰੀ ਵਾਲੀਆਂ ਵੰਡੀਆਂ ਵੀ ਪਈਆਂ ਹੋਈਆਂ ਨੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਹੈਗੀਆਂ ਫਿਰਕੂ ਲੈਵਲ 'ਤੇ ਵੀ ਵੰਡੀਆਂ ਹੈਗੀਆਂ ਨੇ ਬੇਸ਼ੱਕ ਉਹ ਬਾਹਲੀਆਂ ਤਿੱਖੀਆਂ ਨਹੀਂ ਹੈਗੀਆਂ ਪਰ ਕਿਉਂਕਿ ਚਰਨਜੀਤ ਚੰਨੀ ਇੱਕ ਸਮਾਜ ਤੋਂ ਜਿਹੜੇ ਹੈਗੇ ਆ ਸ਼ਡਿਊਲ ਕਾਸਟ ਸਮਾਜ ਤੋਂ ਵਾਬਸਤਾ ਨੇ ਬੇਸ਼ੱਕ ਚਰਨਜੀਤ ਚੰਨੀ ਉਸ ਦਾ ਐਡਵਰਟਾਈਜਮੈਂਟ ਨਹੀਂ ਕਰਦੇ ਜਾਂ ਆਪਣੀ ਜਿਹੜੀ ਪਬਲਿਕ ਜਦੋਂ ਬੋਲਦੇ ਆ ਉਹਦੇ ਬਾਰੇ ਜ਼ਿਕਰ ਨਹੀਂ ਕਰਦੇ ਬਟ ਉਹਦੇ ਨਾਲ ਜਿਹੜਾ ਸ਼ਡਿਊਲ ਕਾਸਟ ਸੈਕਸ਼ਨ ਉਹ ਜੁੜ ਗਿਆ ਅਤੇ ਜਿਹੜਾ
नवजोत सिद्धू की रेगुलर टीका टिप्पणी उस सैक्शन दे विच बड़ा जिहड़ी हैगी खुशगवार नहीं गुजरी और यह सैक्शन जिहड़ा है शड्यूल कास्ट सैक्शन कल्ला ही ਉਹ ਆਲਮੋਸਟ 32% ਪਾਪੂਲੇਸ਼ਨ ਹੈ। ਫਿਰ ਜਿਹੜੀ ਅਦਰ ਬੈਕਵਰਡ ਕਲਾਸਿਸ ਨੇ ਉਹਨਾਂ 'ਚ ਵੀ ਚਰਨਜੀਤ ਚੰਨੀ ਦੀ ਇੱਕ ਲੈਵਲ ਦੇ ਉੱਤੇ ਮਕਬੂਲੀਅਤ ਹੈ, ਉਹ ਫਿਰ ਅੱਗੇ 28% ਹੈ। ਤੁਸੀਂ ਦੇਖੋ 50% ਜਿਹੜੀ ਪਾਪੂਲੇਸ਼ਨ ਆ ਉਹਨੂੰ ਕਾਫੀ ਨਾਰਾਜ਼ ਕਰ ਬੈਠੇ ਆ। ਸੋ ਉਹ ਇਹ ਮੈਂ ਡਿਟੇਲ 'ਚ ਇਸ ਲਈ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਹੈਗੇ ਆਪਣੇ ਨਵਜੋਤ ਸਿੱਧੂ ਕਾਫੀ ਦੇਰ ਤੋਂ ਉਹਨਾਂ ਨੇ ਜਿਸ ਤਰ੍ਹਾਂ ਕੈਂਪੇਨ ਚਲਾਈ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੇ ਵਿੱਚ, ਉਹ ਆਪਣੇ ਆਪ ਨੂੰ ਮੂਹਰੇ ਪ੍ਰੋਜੈਕਟ ਕਰਨਾ ਚਾਹੁੰਦੇ ਆ, ਚੀਫ ਮਿਨਿਸਟਰ ਕੈਂਡੀਡੇਟ ਪ੍ਰੋਜੈਕਟ ਕਰਨਾ ਚਾਹੁੰਦੇ ਆ। ਜਦੋਂ ਪਿਛਲੀ 5 ਸਾਲ ਪਹਿਲਾਂ ਉਹਨਾਂ ਨੇ ਕਾਂਗਰਸ ਜੁਆਇਨ ਕੀਤਾ ਸੀ, ਪਾਰਟੀ ਹਾਈਕਮਾਂਡ ਨੇ ਉਦੋਂ ਸ਼ਾਇਦ ਉਹਨਾਂ ਨੂੰ ਇਹ ਵਾਅਦਾ ਕੀਤਾ ਸੀ ਅਸੀਂ ਤੁਹਾਨੂੰ ਡਿਪਟੀ ਸੀ ਐਮ ਬਣਾਵਾਂਗੇ, ਉਹ ਡਿਪਟੀ ਸੀ ਐਮ ਨਹੀਂ ਬਣੇ। ਪਿੱਛੇ ਜੇ ਰੈਲੀ ਹੋਈ ਸੀ ਜਿੱਥੇ ਰਾਹੁਲ ਗਾਂਧੀ ਨੇ ਸਾਰੇ ਕਾਂਗਰਸ ਦੇ ਜਿਹੜੇ ਸੀਗੇ ਨੇਤਾਵਾਂ ਦੀਆਂ ਗੱਲਾਂ ਸੁਣ ਕੇ ਕਿਹਾ ਬੇਸ਼ੱਕ ਇਹ ਪਾਰਟੀ ਦੀ ਰਵਾਇਤ ਨਹੀਂ ਹੈ ਪਰ ਤੁਸੀਂ ਚਾਹੁੰਦੇ ਹੋ ਤਾਂ ਅਸੀਂ ਸੀ ਐਮ ਚਿਹਰਾ ਅਨਾਊਂਸ ਕਰਾਂਗੇ ਅਤੇ ਇੱਕ ਸਰਵੇ ਲਾਂਚ ਹੋ ਗਿਆ। ਸੋ ਉਹ ਉਸ ਤੋਂ ਬਾਅਦ ਪਿਛਲੇ ਦਿਨੀ ਸੁਨੀਲ ਜਾਖੜ ਉਹਨਾਂ ਨੇ ਆਪਣਾ ਉਸ ਸਰਵੇ ਦੇ ਉੱਤੇ ਇੱਕ ਟਿੱਪਣੀ ਕੀਤੀ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਸੀ ਤਾਂ 78 ਐਮਐਲਏਆਂ ਦੇ ਵਿੱਚੋਂ ਜਿਹੜੇ ਸੀਗੇ 42 ਐਮਐਲਏਆਂ ਨੇ ਉਹਨਾਂ ਨੂੰ ਸਪੋਰਟ ਕੀਤਾ ਸੀ ਔਰ ਫਿਰ ਵੀ ਚਰਨਜੀਤ ਚੰਨੀ ਜਿਹਨਾਂ ਨੂੰ 2 ਵੋਟਾਂ ਪਈਆਂ ਸੀ ਚਰਨਜੀਤ ਚੰਨੀ ਨੂੰ ਬਣਾ ਦਿੱਤਾ ਗਿਆ ਤਾਂ ਉਹਦੇ ਵਿੱਚ ਉਹਨਾਂ ਨੇ ਰੈਫਰ ਕੀਤਾ ਕਿ ਨਵਜੋਤ ਸਿੱਧੂ ਨੂੰ ਸਿਰਫ 12 ਵੋਟਾਂ ਹੀ ਪਈਆਂ ਸੀ। ਸੋ ਉਹ ਨਵਜੋਤ ਸਿੱਧੂ ਨੂੰ ਮੈਨੂੰ ਲੱਗਦਾ ਚੁੱਭ ਗਈ ਤਾਂ ਉਹਨਾਂ ਨੇ ਕਿਹਾ ਬੇਸ਼ੱਕ ਜਿਹੜੇ ਹੈਗੇ ਆ ਜਾਖੜ ਉਹਨਾਂ ਨੂੰ ਕੋਈ ਵੀ ਬਿਆਨ ਦੇਣ ਦਾ ਹੱਕ ਹੈ ਤੇ ਪਰ ਲੋਕਾਂ ਨੂੰ ਇੱਕ ਵਿਜ਼ਨ ਦੇਣ ਦੀ ਗੱਲ ਆ, ਇੱਕ ਪ੍ਰੋਗਰਾਮ ਦੇਣਾ ਹੁੰਦਾ, ਇੱਕ ਮਾਡਲ ਦੇਣਾ ਹੁੰਦਾ ਔਰ ਲੋਕਾਂ ਨੇ ਹੀ ਡਿਸਾਈਡ ਕਰਨਾ ਕਿ ਅੱਗੇ ਕਿ ਇਹ ਇੰਪਲੀਮੈਂਟ ਕਿਹਨੇ ਕਰਨਾ ਤੇ ਪਾਰਟੀ ਨੇ ਕਿਸ ਕੋਲੋਂ ਕੰਮ ਲੈਣਾ। ਆਪਣੇ ਵਾਸੂ ਜੀ ਸਾਨੂੰ ਯਾਦ ਹੋਣਾ ਚਾਹੀਦਾ ਕਿ ਜਿਹੜਾ ਰਾਹੁਲ ਗਾਂਧੀ ਨੇ ਪਿਛਲੇ ਜੇ ਪ੍ਰੋਗਰਾਮ ਕੀਤਾ ਸੀ ਉਦੋਂ ਨਵਜੋਤ ਸਿੱਧੂ ਨੇ ਬੇਸ਼ੱਕ ਇਹ ਕਿਹਾ ਸੀ ਕਿ ਮੈਨੂੰ ਇਸ 'ਚ ਕੋਈ ਇਤਰਾਜ਼ ਨਹੀਂ ਕਿਸੇ ਨੂੰ ਵੀ ਸੀ ਐਮ ਚਿਹਰਾ ਬਣਾਇਆ ਜਾਵੇ ਪਰ ਮੈਂ ਇੱਕ ਸ਼ੋਅ ਪੀਸ ਦੀ ਤਰ੍ਹਾਂ ਕੰਮ ਨਹੀਂ ਕਰੂੰਗਾ, ਬਈ ਮੈਂ ਬਈ ਤੁਸੀਂ ਮੇਰੇ ਕੋਲੋਂ ਪ੍ਰਚਾਰ ਕਰਾ ਲਓ ਅਤੇ ਅੱਗੇ ਕੁਛ ਬਈ ਕੋਈ ਪਾਵਰ ਦੀ ਜਿਹੜੀ ਹੈਗੀ ਆ ਜਿਹਦੇ ਨਾਲ ਕੋਈ ਉਹ ਫੈਸਲਾ ਕੂਨ ਪੋਜੀਸ਼ਨ ਨਾ ਦਿਓ ਉਹ ਉਹਦੇ ਨਾਲ ਨਹੀਂ ਚੱਲੂਗਾ। ਪਰ ਪਾਰਟੀ ਨੇ ਉਹਨਾਂ ਨੂੰ ਪੀ ਸੀ ਸੀ ਦਾ ਪ੍ਰਧਾਨ ਬਣਾਇਆ, ਇੰਪੋਰਟੈਂਟ ਪੋਜੀਸ਼ਨ ਹੈ। ਇਸ ਦੇ ਦਰਮਿਆਨ ਇੱਕ ਹੋਰ ਬੜੀ ਅਹਿਮ ਜਿਹੜੀ ਡਿਵੈਲਪਮੈਂਟ ਇਹ ਆ ਕਿ ਜਿਹੜੇ ਪਟਿਆਲੇ ਤੋਂ ਸਾਬਕਾ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਤੋਂ ਜਿੱਤੇ ਹੋਏ ਐਮ ਪੀ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਇੱਕ ਆਪਣਾ ਬਿਆਨ ਦਿੱਤਾ ਕਿ ਇੰਜ ਜਾਪਦਾ ਕਿ ਸਾਰੇ ਕਿਸਮ ਦੇ ਮਾਫੀਆ ਪੰਜਾਬ ਦੇ ਵਿੱਚ ਜਿੰਨੇ ਵੀ ਸਰਗਰਮ ਨੇ ਉਹ ਇਕੱਠੇ ਹੋ ਕੇ ਨਵਜੋਤ ਸਿੱਧੂ ਨੂੰ ਸਿਆਸਤ ਚੋਂ ਬਾਹਰ ਕੱਢਣਾ ਚਾਹੁੰਦੇ ਨੇ। ਇਸ ਲਈ ਉਹਨਾਂ ਨੇ ਐਲਾਨ ਕੀਤਾ ਕਿ ਮੈਂ ਨਵਜੋਤ ਸਿੱਧੂ ਦੇ ਹੱਕ ਦੇ ਵਿੱਚ ਖੜੂੰਗਾ ਅਤੇ ਪ੍ਰਚਾਰ ਵੀ ਕਰੂੰਗਾ, ਮੈਂ ਪਟਿਆਲੇ ਤੋਂ ਅੰਮ੍ਰਿਤਸਰ ਜਾਊਂਗਾ, ਅੰਮ੍ਰਿਤਸਰ ਈਸਟ ਦੇ ਵਿੱਚ ਨਵਜੋਤ ਸਿੱਧੂ ਦੇ ਹੱਕ ਦੇ ਵਿੱਚ ਫੈਸਲਾ ਕਰੂੰਗਾ। ਬੇਸ਼ੱਕ ਉਹਨਾਂ ਨੇ ਪਾਰਟੀ ਜੁਆਇਨ ਕਰਨ ਦੀ ਗੱਲ ਨਹੀਂ ਕੀਤੀ ਪਰ ਉਹਨਾਂ ਨੇ ਨਵਜੋਤ ਸਿੱਧੂ ਦੇ ਹੱਕ ਦੇ ਵਿੱਚ ਖੜੇ ਹੋਣ ਦੀ ਗੱਲ ਕੀਤੀ ਹੈ। ਸੋ ਇਹ ਜਿਹੜੀ ਹੈਗੀ ਆ ਜਿਹੜੀ ਆ ਅਸੀਂ ਪਹਿਲਾਂ ਕਹਿੰਦੇ ਹੁੰਦੇ ਹਾਂ ਕਿ ਪੰਜਾਬ ਦੀ ਸਿਆਸਤ ਦੇ ਹੋਰ ਰੰਗ ਉਜਾਗਰ ਹੋਣਗੇ ਜਿਵੇਂ ਜਿਵੇਂ 20 ਤਰੀਕ ਨੇੜੇ ਆਊਗੀ, ਇਹ ਉੱਧਰ ਦਾ ਹੀ ਇੱਕ ਹੋਰ ਰੰਗ ਤੁਸੀਂ ਦੇਖਣ ਨੂੰ ਮਿਲ ਰਿਹਾ ਜੀ। ਅਤੇ ਉੱਧਰ ਭਗਵੰਤ ਮਾਨ ਨੇ ਭਵਿੱਖਬਾਣੀ ਕਰਤੀ, ਕਹਿੰਦੇ ਚੰਨੀ ਸਾਹਿਬ ਤਾਂ ਆਪਣੀਆਂ ਦੋਨੋਂ ਸੀਟਾਂ ਤੋਂ ਹੀ ਹਾਰ ਜਾਣਗੇ। ਬਿਲਕੁਲ, ਇਹਦਾ ਵੀ ਇੱਕ ਬੈਕਗਰਾਊਂਡ ਇਹ ਆਉਂਦੀ ਹੈ ਜੀ, ਭਗਵੰਤ ਮਾਨ ਨੇ ਤਾਂ ਬੇਸ਼ੱਕ ਇਹ ਇੱਕ ਪ੍ਰਾਈਵੇਟ ਚੈਨਲ ਨੈਸ਼ਨਲ ਲੈਵਲ ਦੀ ਚੈਨਲ ਦਾ ਉਹਨਾਂ ਨੇ ਭਗਵੰਤ ਮਾਨ ਦੀ ਕੈਂਪੇਨ ਟ੍ਰੇਲ ਫੋਲੋ ਕੀਤੀ, ਭਗਵੰਤ ਮਾਨ ਦੇ ਨਾਲ ਸਾਰੇ ਰਹੇ ਅਤੇ ਉੱਥੇ ਵਾਰ ਵਾਰ ਗੱਲਾਂ ਹੁੰਦੀਆਂ ਰਹੀਆਂ, ਉਹਦੇ 'ਚ ਉਹਨਾਂ ਨੇ ਇਹ ਗੱਲਾਂ ਕੀਤੀਆਂ ਨੇ। ਪਰ ਇੱਕ ਇੰਪੋਰਟੈਂਟ ਜਿਹੜੀ ਡਿਵੈਲਪਮੈਂਟ ਉਹ ਇਹ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ 5 ਵਾਰੀ ਸੀ ਐਮ ਰਹੇ ਆ, ਉਹਨਾਂ ਦੇ ਪਿਛਲੀ ਵਾਰੀ ਆਈ ਥਿੰਕ ਜਦੋਂ 4th ਟੈਨਿਓਰ ਸੀ ਉਹਦੇ ਵਿੱਚ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਰਹੇ ਦਰਬਾਰਾ ਸਿੰਘ ਗੁਰੂ, ਉਹਨਾਂ ਨੂੰ ਫਿਰ ਬਾਅਦ 'ਚੋਂ ਟਿਕਟ ਵੀ ਦਿੱਤੀ ਗਈ। ਉਹ ਪਾਰਟੀ ਛੱਡ ਕੇ ਹੁਣ ਸ਼ਾਇਦ ਅੱਜ ਜਾਂ ਕੱਲ੍ਹ ਕਾਂਗਰਸ ਦਾ ਲੜ ਫੜ ਲੈਣਗੇ। ਦਰਬਾਰਾ ਸਿੰਘ ਗੁਰੂ ਵੀ ਸ਼ਡਿਊਲ ਕਾਸਟ ਭਾਈਚਾਰੇ ਦੇ ਨਾਲ ਵਾਬਸਤਾ ਨੇ ਔਰ ਕਾਫੀ ਐਫੀਸ਼ੀਐਂਟ ਬਿਊਰੋਕਰੈਟ ਮੰਨੇ ਗਏ ਸੀਗੇ ਉਸ ਵੇਲੇ ਉਹਨਾਂ ਨੇ ਜਿਹੜਾ ਹੈਗਾ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਚੀਫ ਮਿਨਿਸਟਰ ਆਫਿਸ ਆ ਉਸ ਦੇ ਵਿੱਚ ਬਾਖੂਬੀ ਕੰਮ ਕੀਤਾ।
पर ऐतकी उन्हां नूं शायद टिकट नहीं मिली, उस तों भी नाराज़ ने। ਉਹ ਗੱਲ ਇਹ ਕਹੀ ਜਾਂਦੀ ਹੈ ਕਿ ਚਰਨਜੀਤ ਚੰਨੀ ਦੋਨੋਂ ਸੀਟਾਂ ਜਿੱਤਣਗੇ ਕਾਂਗਰਸ ਦੇ ਵਿੱਚੋਂ। ਤਾਂ ਇੱਕ ਤਾਂ ਜਿਹੜੀ ਯੂਨਿਟੀ ਹੋਣੀ ਚਾਹੀਦੀ ਹੈ, ਸਾਰੀ ਸ਼ਡਿਊਲ ਕਾਸਟ ਜਿੰਨੇ ਵੀ ਇਨਫਲੂਐਂਸ਼ੀਅਲ ਲੋਕ ਨੇ ਉਹ ਚਰਨਜੀਤ ਚੰਨੀ ਦੇ ਮਗਰ ਇਕੱਠੇ ਹੋਣ, ਅਤੇ ਜਿਹੜੀ ਦਲਿਤ ਆਈਡੈਂਟੀ ਦੀ ਜਿਹੜੀ ਰਿਸਰਜੈਂਸ ਪੰਜਾਬ 'ਚ ਇੱਕ ਮੂਵਮੈਂਟ ਪਿਛਲੇ ਆਲਮੋਸਟ ਦੋ ਦਹਾਕਿਆਂ ਤੋਂ ਚੱਲ ਰਹੀ ਹੈ, ਉਹਨੂੰ ਇੱਕ ਬਲ ਮਿਲੇ। ਔਰ ਬਈ ਸਿਆਸਤ ਦੇ ਵਿੱਚ ਜਦੋਂ ਤੁਹਾਨੂੰ ਜਿਹੜੀ ਹੈਗੀ ਆ ਸ਼ਕਤੀ ਜਾਂ ਪਾਵਰ ਨੂੰ ਹੱਥ ਪੈਂਦਾ ਵਾ, ਤਾਂ ਸਾਰਿਆਂ ਨੂੰ ਆਪਣੀ ਜਿਹੜਾ ਸਮਾਜ ਆ ਉਹਨਾਂ ਦਾ ਭਾਈਚਾਰਾ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ। ਸੋ ਉਹਨਾਂ ਨੂੰ ਇਹ ਲੱਗਦਾ ਕਿ ਜੇ ਚੰਨੀ ਚਮਕੌਰ ਸਾਹਿਬ ਔਰ ਭਦੌੜ ਦੋਨੋਂ ਜਿੱਤਦੇ ਖਾਲੀ ਹੁੰਦੇ ਆ, ਭਦੌੜ ਦੇ ਵਿੱਚ ਜਿਹੜਾ ਦਰਬਾਰਾ ਸਿੰਘ ਗੁਰੂ ਦਾ ਆਪਣਾ ਇੰਟਰਸਟ ਆ, ਵੀ ਫਿਰ ਸ਼ਾਇਦ ਟਿਕਟ ਮੈਨੂੰ ਵੀ ਮਿਲ ਜੇ। ਇਹਦਾ ਰਿਸਪੋਂਸ ਜਿਹੜਾ ਹੈਗਾ ਇਨਡਾਇਰੈਕਟਲੀ ਰਿਸਪੋਂਸ ਹੈ, ਡਾਇਰੈਕਟ ਰਿਸਪੋਂਸ ਇਸ ਸਵਾਲ ਨੂੰ ਤਾਂ ਨਹੀਂ ਹੈ। ਜਿਹੜੇ ਭਗਵੰਤ ਮਾਨ ਹੈ ਉਹਨਾਂ ਨੇ ਕਿਹਾ ਚਰਨਜੀਤ ਚੰਨੀ ਇੱਕ ਤਾਂ ਛੱਡੋ ਜੀ ਦੋਨੋਂ ਸੀਟਾਂ 'ਤੇ ਹਾਰਨਗੇ। ਉਹਨਾਂ ਨੇ ਇੱਥੇ ਤੱਕ ਕਿਹਾ ਕਿ ਕਾਂਗਰਸ ਪਾਰਟੀ ਨੇ ਬੜੀ ਆਪਣੀ ਚਲਾਕੀ ਵਰਤੀ ਹੈ ਕਿ ਜਿਹੜਾ ਪਿਛਲੇ 5 ਸਾਲ ਦੀ ਟੋਟਲ ਫੇਲੀਅਰ ਹੈ ਸਰਕਾਰ ਦਾ, ਕਿਸੇ ਲੈਵਲ ਦੇ ਉੱਤੇ ਉਹਨਾਂ ਨੇ ਕੰਮ ਨਹੀਂ ਕੀਤਾ, ਉਹਨਾਂ ਦੇ ਕਿਸੇ ਪਾਸਿਓਂ ਕੋਈ ਕਾਰਗੁਜ਼ਾਰੀ ਦੇਖਣ ਨੂੰ ਨਜ਼ਰ ਨਹੀਂ ਆ ਰਹੀ, ਉਹਦਾ ਠੀਕਰਾ ਕੈਪਟਨ ਅਮਰਿੰਦਰ ਸਿੰਘ ਦੇ ਸਿਰ 'ਤੇ ਭੰਨ ਕੇ ਆਪ ਸੁਰਖਰੂ ਹੋਣ ਨੂੰ ਫਿਰਦੇ ਨੇ। ਭਗਵੰਤ ਮਾਨ ਨੇ ਇਹ ਕਿਹਾ ਕਿ ਜੀ ਹਰੇਕ ਵਜ਼ੀਰ ਔਰ ਆਪਣੇ ਮਹਿਕਮੇ ਵਾਸਤੇ ਔਰ ਹਰੇਕ MLA ਆਪਣੇ ਹਲਕੇ ਵਾਸਤੇ ਉਹਦੇ ਵੋਟਰਾਂ ਦਾ ਜਵਾਬਦੇਹੀ ਜਿਹੜੀ ਹੈਗੀ ਆ ਉਹ ਬਣਦੀ ਆ, ਅਤੇ ਉਹ ਦੱਸਣ ਜੇ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਕੰਮ ਕੀਤਾ ਤਾਂ ਉਹ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਕਿਹੜੇ ਕਿਹੜੇ ਕੰਮ ਕੀਤੇ। ਔਰ ਜਦੋਂ ਲੋਕ ਇਹ ਸਵਾਲ ਪੁੱਛਦੇ ਨੇ ਤਾਂ ਉਹ ਕਹਿੰਦੇ ਕਾਂਗਰਸੀਆਂ ਦੇ ਕੋਲ ਹੋਰ ਕੋਈ ਜਵਾਬ ਨਹੀਂ ਹੈ। ਉਹਨਾਂ ਨੇ ਇਹ ਕਿਹਾ ਕਿ ਈਵਨ ਚਰਨਜੀਤ ਚੰਨੀ ਪਿਛਲੇ 111 ਦਿਨਾਂ ਦੇ ਵਿੱਚ ਇੱਕ ਅਚੀਵਮੈਂਟ, ਇੱਕ ਕੰਮ ਦੱਸਣ ਵੀ ਜਿਹੜਾ ਉਹਨਾਂ ਨੇ ਕੀਤਾ। ਕਹਿੰਦੇ ਇਹ ਜ਼ਰੂਰ ਹੈ ਕਿ 10 ਕਰੋੜ ਤੋਂ ਉੱਤੇ ਉਹਨਾਂ ਨੇ ਉਹਨਾਂ ਦਾ ਇੱਕ ਰਿਸ਼ਤੇਦਾਰ ਰੇਤ ਮਾਫੀਆ ਦੇ ਵਿੱਚੋਂ ਇਕੱਠੇ ਕਰਕੇ ਲੈ ਗਿਆ, ਜਿਹੜਾ ਇੰਡੀਕੇਟ ਕਰਦਾ ਕਿ ਬਾਕੀ ਕਾਂਗਰਸੀਆਂ ਨੇ ਪਿਛਲੇ 5 ਸਾਲਾਂ ਦੇ ਵਿੱਚ ਕਿੰਨੀ ਕੁ ਲੁੱਟ ਮਚਾਈ ਹੋਣੀ ਹੈ। ਸੋ ਇਹ ਸਾਰੇ ਦੇ ਸਾਰਾ ਉਹ ਕਹਿੰਦੇ ਜੀ ਇੱਕ ਤੂਫਾਨ ਵਗ ਰਿਹਾ ਇਸ ਵੇਲੇ, ਇੱਕ ਪੂਰੀ ਵੇਵ ਹੈ, ਤੁਸੀਂ ਜਿਹਨੂੰ ਮਰਜ਼ੀ ਨੂੰ ਪੁੱਛ ਲਓ। ਕਹਿੰਦੇ ਭਗਵੰਤ ਮਾਨ ਉਹਨਾਂ ਦਾ ਕਹਿਣਾ ਪੰਜਾਬ ਦੇ ਵਿੱਚ ਜਿਹਨੂੰ ਮਰਜ਼ੀ ਨੂੰ ਪੁੱਛ ਲਓ, ਉਹ ਚਾਹੁੰਦੇ ਨੇ ਜੀ ਕਿ ਕਾਂਗਰਸ BJP ਅਕਾਲੀ ਦਲ ਤੋਂ ਖਹਿੜਾ ਛੁਡਾਇਆ ਜਾਵੇ ਅਤੇ ਐਤਕੀ ਆਮ ਆਦਮੀ ਪਾਰਟੀ ਨੂੰ ਚਾਂਸ ਦਿੱਤਾ ਜਾਵੇ। ਔਰ ਫਿਰ ਉਹਨਾਂ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਉਹ 25 ਸਾਲ ਵਾਸਤੇ ਇੱਥੇ ਰਹੇਗੀ, ਜਿਸ ਤਰ੍ਹਾਂ ਦਿੱਲੀ ਦੇ ਵਿੱਚ ਹੁਣ ਕੋਈ ਨਹੀਂ ਹਿਲਾ ਸਕਦਾ ਆਮ ਆਦਮੀ ਪਾਰਟੀ ਨੂੰ। ਇੱਕ ਵਾਰੀ ਸਰਕਾਰ ਬਣ ਗਈ ਉਹਦੀ ਕਾਰਗੁਜ਼ਾਰੀ ਇੰਨੀ ਅੱਛੀ ਹੋਏਗੀ ਕਿ ਉਹਨੂੰ ਪੰਜਾਬ 'ਚੋਂ ਹਟਾਉਣਾ ਮੁਸ਼ਕਿਲ ਹੋਏਗਾ। ਪੰਦੇਰ ਸਾਹਿਬ, ਹੁਣ ਸੰਯੁਕਤ ਕਿਸਾਨ ਮੋਰਚਾ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ UP ਅਤੇ ਉੱਤਰਾਖੰਡ ਵਿੱਚ BJP ਨੂੰ ਹਰਾ ਕੇ ਸਬਕ ਸਿਖਾਇਆ ਜਾਵੇ। ਵਾਸੂ ਜੀ, ਕੱਲ੍ਹ ਮੀਟਿੰਗ ਹੋਈ ਹੈ ਸੰਯੁਕਤ ਕਿਸਾਨ ਮੋਰਚਾ ਦੀ, ਜਿਹਦੇ ਵਿੱਚ ਜਿਹੜੇ ਉੱਘੇ ਆਗੂ ਰਾਕੇਸ਼ ਟਿਕੈਤ ਪੰਜਾਬ 'ਚੋਂ, ਜੋਗਿੰਦਰ ਉਗਰਾਹਾਂ ਔਰ ਯੋਗਿੰਦਰ ਯਾਦਵ ਜਿਹੜੇ ਸੀਗੇ ਉਹ ਔਰ ਬਾਕੀ ਸਾਰੇ ਵੀ ਉਹ ਹਾਜ਼ਰ ਸੀਗੇ। ਉਸ ਤੋਂ ਬਾਅਦ ਉਹਨਾਂ ਨੇ ਇਹ ਐਲਾਨ ਕੀਤਾ ਕਿ ਅਸੀਂ ਇੱਕ ਤਾਂ ਜਿਹੜਾ ਪਹਿਲਾਂ ਵੀ ਗੱਲ ਕਰਦੇ ਹਾਂ, ਅਸੀਂ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਕੋਈ ਸਟੇਜ ਸਾਂਝੀ ਨਹੀਂ ਕਰਾਂਗੇ। ਔਰ ਉਹਨਾਂ ਨੇ ਕਿਹਾ ਕਿ ਜਿਹੜਾ ਸੰਯੁਕਤ ਸਮਾਜ ਮੋਰਚਾ ਔਰ ਸੰਯੁਕਤ ਸੰਘਰਸ਼ ਪਾਰਟੀ ਬਣੀ ਹੈ, ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਨਿਕਲ ਕੇ ਉਹਨਾਂ ਨੇ ਬਣਾਈ ਹੈ, ਉਹ ਕਹਿੰਦੇ ਹੁਣ ਸਿਆਸੀ ਪਾਰਟੀ ਨੇ, ਅਸੀਂ ਇਹਨਾਂ ਦੇ ਨਾਲ ਵੀ ਰਾਬਤਾ ਨਹੀਂ ਰੱਖਾਂਗੇ। ਸੋ ਇਹ ਤਾਂ ਉਹਨਾਂ ਨੇ ਗੱਲ ਕੀਤੀ ਆ, ਪਰ ਜਿਹੜੀ ਹੈਗੀ ਆ UP ਔਰ ਉੱਤਰਾਖੰਡ ਦੇ ਵਿੱਚ ਉਹਨਾਂ ਨੇ ਕਿਹਾ ਕਿਉਂਕਿ ਉੱਥੇ BJP ਦੀਆਂ ਸਰਕਾਰਾਂ ਨੇ ਔਰ BJP ਨੇ ਜਦੋਂ ਜਿਹੜਾ ਪ੍ਰਧਾਨ ਮੰਤਰੀ ਖਾਸ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਵਾਅਦੇ ਕੀਤੇ ਗਏ ਤਾਂ ਉਹਨਾਂ ਵਾਅਦਿਆਂ ਕਰਕੇ ਸੰਯੁਕਤ ਸਮਾਜ ਮੋਰਚੇ ਨੇ ਆਪਣਾ ਅੰਦੋਲਨ ਵਾਪਸ ਲਿਆ, ਉਹ ਵਾਅਦਾ ਖਿਲਾਫੀ ਹੋਈ ਆ ਔਰ ਉਹਦੇ 'ਚ ਜਿਹਨੂੰ ਕਹਿੰਦੇ ਧੋਖਾ ਹੋਇਆ। ਉਹਨਾਂ ਨੇ ਵਿਸ਼ਵਾਸਘਾਤ ਦਿਵਸ ਵੀ ਪਿੱਛੇ ਜੇ ਮਨਾਇਆ ਸੀ, ਉਹਦੇ 'ਤੇ ਵੀ ਕਾਫੀ ਪ੍ਰੋਟੈਸਟ ਹੋਏ ਸੀ, ਸਾਰੇ ਇਸ ਰੀਜਨ ਦੇ ਵਿੱਚ ਕਿਸਾਨਾਂ ਨੇ ਮੁਜ਼ਾਹਰੇ ਕੀਤੇ ਸੀ। ਔਰ ਉਹਦੇ ਹੁਣ ਉਸੇ ਨੂੰ ਸੰਦਰਭ ਦੇ ਵਿੱਚ ਇਹਨਾਂ ਨੇ ਮੀਟਿੰਗ ਦੇ ਵਿੱਚ ਫੈਸਲਾ ਲਿਆ ਕਿ UP ਔਰ ਉੱਤਰਾਖੰਡ ਦੇ ਵਿੱਚ BJP ਨੂੰ ਸਜ਼ਾ ਸਬਕ ਦੇਣੀ ਹੈ ਜੀ, ਕਹਿੰਦੇ ਸਜ਼ਾ ਦਿਓ। ਔਰ ਜਿਸ ਤਰ੍ਹਾਂ ਉਹਨਾਂ ਨੇ ਵੈਸਟ ਬੰਗਾਲ ਦੇ ਵਿੱਚ ਕਿਹਾ ਸੀਗਾ ਜੀ ਕਿ ਵੋਟ ਕੀ ਚੋਟ, ਜਿਵੇਂ ਉਸੇ ਤਰਜ਼ ਦੇ ਉੱਤੇ ਕਹਿੰਦੇ ਜੀ ਉਦੋਂ ਅਸੀਂ ਵੈਸਟ ਬੰਗਾਲ 'ਚ ਵੀ ਗਏ ਸੀ ਅਤੇ ਕਿਹਾ ਸੀ BJP ਨੂੰ ਵੋਟ ਨਹੀਂ ਪਾਉਣੀ। ਉਹ ਜਿਹੜੇ ਸੰਯੁਕਤ ਕਿਸਾਨ ਮੋਰਚਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ, ਇੱਕ ਚਿੱਠੀ ਵੀ ਜਾਰੀ ਕਰ ਰਹੇ ਆ, ਅਤੇ ਉਹਦੇ ਵਿੱਚ ਇਹ ਕਿਹਾ ਕਿ
ਤੁਸੀਂ ਬੀਜੇਪੀ ਨੂੰ ਵੋਟ ਨਹੀਂ ਪਾਉਣੀ, ਹੋਰ ਜਿਹਨੂੰ ਮਰਜ਼ੀ ਨੂੰ ਵੋਟ ਪਾ ਦਿਓ। ਉਹਦੇ ਵਿੱਚ ਸਪਸ਼ਟ ਕੀਤਾ ਰਾਕੇਸ਼ ਟਿਕਾਇਤ ਨੇ ਕਿ ਉਹ ਜਿਹੜੀ ਰਾਸ਼ਟਰੀ ਲੋਕ ਦਲ ਜਿਹੜੀ ਹੈਗੀ ਆ ਉਹ, ਅਤੇ ਨਾਲ ਹੀ ਜਿਹੜੀ ਹੈਗੀ ਆ ਸਮਾਜਵਾਦੀ ਪਾਰਟੀ ਉਹਨਾਂ ਦੀ, ਜਾਂ ਜਿਹੜੀ ਹੈਗੀ ਆ ਬਹੁਜਨ ਸਮਾਜ ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਉੱਤੇ ਸੰਯੁਕਤ ਸਮਾਜ ਮੋਰਚੇ ਦੇ, ਸੰਯੁਕਤ ਕਿਸਾਨ ਮੋਰਚੇ ਦੇ, ਸੋਰੀ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਲੀਡਰ ਉਹਦੇ ਉੱਤੇ ਜਾ ਕੇ ਭਾਸ਼ਣ ਨਹੀਂ ਦਊਗਾ। ਇਹ ਕਹਿੰਦੇ ਜੀ ਅਸੀਂ ਆਪਣੇ ਪ੍ਰੋਗਰਾਮ ਔਰਗਨਾਈਜ਼ ਕਰਾਂਗੇ, ਲੋਕਾਂ ਨੂੰ ਜਾਗਰੂਕ ਕਰਾਂਗੇ, ਲੋਕਾਂ ਨੂੰ ਇਹ ਦੱਸਾਂਗੇ ਕਿ ਕਿਸ ਤਰ੍ਹਾਂ ਕਿਸਾਨ ਮੋਰਚੇ ਦੇ ਦੌਰਾਨ ਨੁਕਸਾਨ ਹੋਇਆ, ਕਿਉਂ ਕਿਸਾਨ ਮੋਰਚਾ ਲੱਗਿਆ, ਔਰ ਕਿਵੇਂ ਜਿਹੜੀ ਹੈਗੀ ਆ ਬੀਜੇਪੀ ਦੀ ਸਰਕਾਰ ਜਿਹੜੀ ਹੈਗੀ ਆ ਉਹਨਾਂ ਨੇ ਕਿਸਾਨ ਮੋਰਚੇ ਨੂੰ ਇਕੱਲਾ ਬਦਨਾਮ ਨਹੀਂ ਕੀਤਾ, ਅਤੇ ਬਾਅਦ 'ਚੋਂ ਬਦਨਾਮ ਕਰਕੇ ਫਿਰ ਜਦੋਂ ਜਿਹੜੇ ਖੇਤੀ ਕਾਨੂੰਨ ਸੀ ਵਾਪਸ ਲਏ, ਉਸ ਤੋਂ ਬਾਅਦ ਜਿਹੜੇ ਵਾਅਦੇ ਕੀਤੇ ਸੀ ਕਿ ਅਸੀਂ MSP ਦੇ ਉੱਤੇ ਕਮੇਟੀ ਬਣਾਵਾਂਗੇ, ਜਿਹੜੇ ਕਿਸਾਨਾਂ ਦੇ ਉੱਤੇ ਜਿਹੜੇ ਕੇਸ ਬਣੇ ਆ ਸਾਰੇ ਦੇ ਸਾਰੇ ਉਹ ਵਾਪਸ ਲਵਾਂਗੇ ਉਹਨਾਂ ਦੇ ਉੱਤੇ, ਔਰ ਹੋਰ ਵੀ ਜਿਹੜੇ ਵਾਅਦੇ ਕੀਤੇ ਗਏ ਸੀਗੇ, ਜਿਹੜਾ ਬਿਜਲੀ ਐਕਟ ਆ ਉਸਦਾ, ਫਿਰ ਜਿਹੜੀ ਹੈਗੀ ਆ ਪਰਾਲੀ ਸਾੜਨ ਦੇ ਜਿਹੜਾ ਐਕਟ ਆ ਉਹਦਾ, ਔਰ ਹੋਰ ਸਾਰੀਆਂ ਕਈ ਜਿਹੜੀਆਂ ਵਾਅਦੇ ਕੀਤੇ ਸੀ ਉਹ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਰਾਦਲ ਉਹਨਾਂ ਤੋਂ ਸਰਕਾਰ ਪਿੱਛੇ ਹੀ ਮੁੜ ਗਈ ਆ। ਇਹ ਵੀ ਹੈਗਾ ਕਿ ਜੀ ਜਿਹੜੀ ਮੌਜੂਦਾ ਬਜਟ ਹੈ ਉਹਦੇ ਵਿੱਚ ਵੀ ਕੋਈ ਜਿਹੜਾ ਹੈਗਾ ਇਹੋ ਜਿਹਾ ਕੋਈ ਪ੍ਰਾਵਧਾਨ ਨਹੀਂ ਕੀਤਾ ਜਿਹਦੇ ਨਾਲ ਕਿਸਾਨਾਂ ਨੂੰ ਕੋਈ ਫਾਇਦਾ ਕੋਈ ਉਹਨਾਂ ਨੂੰ ਹੋਵੇ, ਕਿਸਾਨਾਂ ਦੀ ਜੇਬ ਜਾਂ ਕਿਸਾਨਾਂ ਨੂੰ ਸੰਕਟ ਚੋਂ ਕੱਢਿਆ ਜਾਵੇ। ਉਹ ਕਹਿੰਦੇ ਡਰੋਨ ਤੋਂ ਇਲਾਵਾ ਕਿਸਾਨਾਂ ਨੂੰ ਕੁਛ ਨਹੀਂ ਦਿੱਤਾ। ਸੋ ਇਹ ਸਾਰੀ ਦੀ ਸਾਰੀ ਜਿਹੜੀ ਇਹਦੇ 'ਚ ਹੈਗੀ ਆ। ਪੰਜਾਬ ਦੇ ਵਿੱਚ ਕਿਉਂਕਿ ਪਹਿਲੀ ਗੱਲ ਤਾਂ BJP ਮੁੱਖ ਪਾਰਟੀ ਹਾਲੇ ਨਜ਼ਰ ਨਹੀਂ ਆ ਰਹੀ, ਔਰ ਪੰਜਾਬ ਦੇ ਵਿੱਚ ਜਿਹੜੀਆਂ 32 ਜਥੇਬੰਦੀਆਂ ਸੀ ਉਹਨਾਂ 'ਚੋਂ 22 ਜਥੇਬੰਦੀਆਂ ਨੇ ਤਾਂ ਆਪਣੀ ਪੋਲੀਟੀਕਲ ਪਾਰਟੀ ਹੀ ਬਣਾ ਲਈ ਹੈ। ਸੋ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੇ ਬਾਰੇ ਜਿਹੜੀ ਇਲੈਕਸ਼ਨ ਹੈ ਜਿੱਥੇ ਪੰਜਾਬ UP ਔਰ ਉੱਤਰਾਖੰਡ ਦੇ ਵਿੱਚ ਵੀ ਹੋਣੀ ਹੈ ਉਹਦੇ ਬਾਰੇ ਕੋਈ ਬੜਾ ਸਪਸ਼ਟ ਸਟੈਂਡ ਨਹੀਂ ਲਿਆ। ਉਹਨਾਂ ਨੇ ਇਹਦੇ 'ਚ ਉਹਦੇ 'ਚ ਆਪਣੇ ਜੋਗਿੰਦਰ ਉਗਰਾਹਾ ਨੇ ਕਿਹਾ ਕਿ ਜੀ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀ ਕਿ ਜੀ ਜਿਹੜੇ ਹੁਣ ਬਲਬੀਰ ਸਿੰਘ ਰਾਜੇਵਾਲ ਔਰ ਗੁਰਨਾਮ ਸਿੰਘ ਚੜੂਨੀ ਉਹਨਾਂ ਦੀ ਜਿਹੜੀ ਪੋਜੀਸ਼ਨ ਹੈ ਸੰਯੁਕਤ ਕਿਸਾਨ ਮੋਰਚੇ ਵਿੱਚ ਕੀ ਹੈ, ਉਹ ਕਹਿੰਦੇ ਜਿਹੜੀ ਟੋਪ ਦੀ ਜਿਹੜੀ ਕਮੇਟੀ ਹੈ ਉਹਨਾਂ 'ਚੋਂ ਉਹਨਾਂ ਨੂੰ ਹਟਾ ਦਿੱਤਾ ਗਿਆ, ਅਤੇ ਉਹ ਹੁਣ ਜਿਹੜੀ ਆ ਮੀਟਿੰਗਸ ਹੋਣਗੀਆਂ ਉਹਨਾਂ 'ਚ ਨਹੀਂ ਬੁਲਾਏ ਜਾਂਦੇ, ਉਹ ਫੈਸਲਾ ਲੈਣ ਵਾਲੀ ਜਿਹੜੀ ਸੈਟਅਪ ਆ ਸੰਯੁਕਤ ਕਿਸਾਨ ਮੋਰਚੇ ਦਾ ਉਹਦਾ ਹਿੱਸਾ ਨਹੀਂ ਹੈਗੇ। ਦੂਸਰਾ ਉਹਨਾਂ ਨੇ ਫਿਰ ਉਹੀ ਦੁਹਰਾਇਆ ਕਿ ਅਸੀਂ ਨਾ ਤਾਂ ਚੋਣਾਂ 'ਚ ਖੜ੍ਹੇ ਹੋਣਾ ਅਤੇ ਨਾ ਹੀ ਅਸੀਂ ਕਿਸੇ ਨੂੰ ਸਪੋਰਟ ਕਰਨਾ, ਜਿਹਨੇ ਵੋਟ ਜਿੱਥੇ ਪਾਉਣੀ ਹੈ ਉਹ ਪਾ ਦੇਵੇ। ਮੇਰੀ ਜਿਹੜੀ ਇਨਫੋਰਮੇਸ਼ਨ ਹੈ ਕਿ 32 ਜਿਹੜੀਆਂ 10 ਜਥੇਬੰਦੀਆਂ ਪੰਜਾਬ ਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਰਹਿ ਗਈਆਂ, ਜਾਂ 4 ਜਾਂ 5 ਜਿਹੜੀਆਂ ਹੋਰ ਵੀ ਜਿਹੜੀਆਂ ਦੋਨੋਂ ਪਾਸੇ ਨੇ ਉਹ ਉਹਨਾਂ ਦੇ ਵਿੱਚ ਵੀ ਆਪਸ 'ਚ ਫਰਕ ਨੇ। ਕੋਈ ਅਕਾਲੀ ਦਲ ਨੂੰ ਸਪੋਰਟ ਕਰਨਾ ਚਾਹੁੰਦਾ, ਕੋਈ ਜਿਹੜੇ ਹੈਗੇ ਆ ਉਹ ਜਿਹੜੇ ਕਾਂਗਰਸ ਦੇ ਨਾਲ ਵੀ ਕੁਛ ਲੋਕ ਕਰਦੇ, ਅਤੇ ਆਮ ਆਦਮੀ ਪਾਰਟੀ ਵੱਲ ਵੀ ਅੱਛਾ ਰੁਝਾਨ ਜਿਹੜਾ ਕਿਸਾਨਾਂ ਦੇ ਵਿੱਚ ਦੇਖਣ ਨੂੰ ਨਜ਼ਰ ਆ ਰਿਹਾ। ਜੀ ਪੰਦੇਰ ਸਾਹਿਬ, ਤੁਸੀਂ ਕੱਲ੍ਹ ਖਬਰ ਸਾਂਝੀ ਕੀਤੀ ਸੀ ਕਿ ਨਵਜੋਤ ਸਿੱਧੂ ਦਾ ਜਿਹੜਾ ਕੇਸ ਚੱਲਦਾ ਰੋਡ ਰੇਜ ਵਾਲਾ, ਉਸ ਮਾਮਲੇ ਦੀ ਸੁਣਵਾਈ ਹੋਣੀ ਸੀ। ਸੁਪਰੀਮ ਕੋਰਟ ਨੇ ਉਹ ਸੁਣਵਾਈ ਹੁਣ 25 ਫਰਵਰੀ ਤੱਕ ਅੱਗੇ ਪਾ ਦਿੱਤੀ ਹੈ, ਅਤੇ ਦੂਜੇ ਪਾਸੇ ਸਿਮਰਜੀਤ ਬੈਂਸ ਦਾ ਜਿਹੜਾ ਕੇਸ ਚੱਲਦਾ ਸੀ ਉਹਦੇ ਵਿੱਚ ਵੀ ਸੁਪਰੀਮ ਕੋਰਟ ਨੇ ਕਹਿਤਾ ਕਿ ਇਹਨਾਂ ਦੀ ਗ੍ਰਿਫਤਾਰੀ 'ਤੇ ਜਿਹੜੀ ਰੋਕ ਲੱਗੀ ਹੈ ਉਹ 1 ਹਫ਼ਤਾ ਹੋਰ ਵਧਾਈ ਜਾਂਦੀ ਹੈ। ਬਿਲਕੁਲ, ਇਹ ਦੋਨੋਂ ਜਿਹੜੇ ਨੇਤਾ ਸੀ ਇਹਨਾਂ ਦੇ ਕੇਸ ਸੁਪਰੀਮ ਕੋਰਟ ਨੇ ਸੁਣੇ, ਅਤੇ ਜਿਹੜੇ ਨਵਜੋਤ ਸਿੱਧੂ ਦੇ ਵਕੀਲ ਸੀ ਪੀ ਚਿਦੰਬਰਮ, ਜੋ ਪੰਜਾਬ ਸਰਕਾਰ ਵਾਸਤੇ ਵੀ ਪੇਸ਼ ਹੁੰਦੇ ਆ, ਉਹ ਨਵਜੋਤ ਸਿੱਧੂ ਵਾਸਤੇ ਵੀ ਪੇਸ਼ ਹੋਏ। ਉਹਨਾਂ ਨੇ ਕਿਹਾ ਕਿ ਨਵਜੋਤ ਸਿੱਧੂ ਕਿਉਂਕਿ ਜਿਹੜੇ ਹੈਗੇ ਆ PCC ਦੇ ਪ੍ਰਧਾਨ ਆ, ਮੇਨ ਪਾਰਟੀ ਆ, ਰੂਲਿੰਗ ਪਾਰਟੀ ਆ ਉਹਦੇ ਪ੍ਰਧਾਨ ਨੇ, ਉਹਨਾਂ ਨੂੰ ਪ੍ਰਚਾਰ ਦੇ ਵਿੱਚ ਬਿਜ਼ੀ ਹੋਣਗੇ, ਔਰ ਇਹ ਕੇਸ 34 ਸਾਲ ਪੁਰਾਣਾ ਕੇਸ ਆ, ਉਹਦੀ ਰਿਵਿਊ ਪਟੀਸ਼ਨ ਹੈ। ਸੋ ਅਰਜੈਂਸੀ ਦੀ ਗੱਲ ਉਹਨਾਂ ਨੇ ਕਿਹਾ ਇਹਦੇ ਵਿੱਚ ਨਹੀਂ ਹੈ। ਦੂਸਰਾ, ਇਹਦੀ ਇਮੀਡੀਏਟ ਇਹਦਾ ਜਿਹੜਾ ਹੈਗਾ ਕਿਸੇ ਦਾ ਫਾਇਦਾ ਨੁਕਸਾਨ ਨਹੀਂ ਹੁੰਦਾ, ਤਾਂ ਇਹ ਉਹਨੂੰ 23 ਤਰੀਕ ਤੱਕ ਪੋਸਟਪੋਨ ਕਰ ਦਿੱਤਾ। ਕੋਰਟ ਨੇ ਇਮੀਡੀਏਟਲੀ ਉਹ ਗੱਲ ਮੰਨ ਲਈ ਔਰ 25 ਤਰੀਕ ਤੱਕ ਉਸ ਕੇਸ ਨੂੰ ਜਿਹੜਾ ਹੈਗਾ ਐਡਜਰਨ ਕਰਤਾ। ਪਰ ਜਿਹੜਾ ਸਿਮਰਜੀਤ ਬੈਂਸ ਵਾਲਾ ਕੇਸ ਆ ਉਹ ਕਾਫੀ ਦਿਲਚਸਪ ਆ, ਉਹਦੇ ਵਿੱਚ ਕਈ ਗੱਲਾਂ ਹੋਈਆਂ। ਜਿਹੜੀ ਉਹ ਲੇਡੀ ਹੈ ਉਹਨੇ ਆਪਣੇ ਸਾਰੇ ਜਿਹੜੀ ਪੀੜਿਤ ਔਰਤ ਆ ਜਿਹੜੀ ਉਹਨੇ ਇਹ ਸਾਰੇ ਆਪਣੇ ਸਿਚੁਏਸ਼ਨ ਸਾਹਮਣੇ ਦੱਸੀ। ਕੋਰਟ ਨੇ ਕਿਹਾ ਕਿ ਬੇਸ਼ੱਕ ਸਿਮਰਜੀਤ ਬੈਂਸ ਇੱਕ MLA ਨੇ, 2 ਵਾਰੀ MLA ਨੇ ਔਰ ਕੰਪਲੇਨੈਂਟ ਵੀ ਨੇ ਔਰ ਇਹਦੇ ਵਿੱਚ ਇਫੈਕਟਿਡ ਪਾਰਟੀ ਨੇ,
ਤੇ ਉਹਨਾਂ ਨੇ ਪਟੀਸ਼ਨਰ ਹੈ ਸੋਰੀ ਇਸ ਕੇਸ ਦੇ ਵਿੱਚ ਉਹਨਾਂ ਨੇ ਪਟੀਸ਼ਨ ਆਪਣੀ ਇੱਕ ਰਿਲੀਫ ਮੰਗਿਆ ਪਰ ਉਹਨਾਂ ਦਾ ਹੱਕ ਬਣਦਾ ਕਿ ਉਹ ਆਪਣੀ ਇਲੈਕਸ਼ਨ ਲੜਨ ਤੇ ਇਸ ਲਈ ਇਹਦਾ ਮਤਲਬ ਇਹ ਨਹੀਂ ਹੈ ਕਿ ਸੁਪਰੀਮ ਕੋਰਟ ਉਹਨਾਂ ਨੂੰ ਇਸ ਕੇਸ 'ਚੋਂ ਬਰੀ ਕਰ ਰਹੀ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਦੂਸਰਾ ਜਿਹੜਾ ਜਿਹੜੀ ਪੀੜਤ ਔਰਤ ਹੈ ਉਹਨੇ ਇਹ ਇਲਜ਼ਾਮ ਲਗਾਇਆ ਕਿ ਉਹਦੇ ਉੱਪਰ ਕੇਸ ਜਿਹੜੇ ਹੈਗੇ ਆ ਫਾਈਲ ਕੀਤੇ ਗਏ ਸਿਮਰਜੀਤ ਬੈਂਸ ਵੱਲੋਂ ਪੁਲਿਸ ਨੇ ਕੇਸ ਝੂਠੇ ਕੇਸਾਂ 'ਚ ਉਹਨੂੰ ਉਲਝਾਇਆ ਗਿਆ ਤਾਂ ਜਿਹੜੇ ਸੁਪਰੀਮ ਕੋਰਟ ਦੇ ਜੱਜ ਸੀਗੇ ਰਾਦਰ ਚੀਫ ਜਸਟਿਸ ਐਨ ਵੀ ਰਮੰਨਾ ਏ ਪੀ ਬੋਪਨਾ ਔਰ ਹੀਮਾ ਕੋਹਲੀ ਦਾ ਬੈਂਚ ਸੀਗਾ ਜੀ ਤਿੰਨ ਜੱਜ ਦਾ ਬੈਂਚ ਸੀਗਾ ਉਹਨਾਂ ਨੇ ਬੜੀਆਂ ਸਖ਼ਤ ਜਿਹੜੀਆਂ ਹੈਗੀਆਂ ਨੇ ਨੋਟਿੰਗਸ ਲਈਆਂ ਉੱਥੇ ਰਿਮਾਰਕਸ ਸੀਗੇ ਜੀ ਉਹਨਾਂ ਦੇ ਉਹਨਾਂ ਨੇ ਕਿਹਾ ਕਹਿੰਦੇ ਜਿਹੜੇ ਵਕੀਲ ਸੀਗੇ ਮੁਕੁਲ ਰੋਹਤਗੀ ਉਹਨਾਂ ਨੂੰ ਕਿਹਾ ਕਹਿੰਦੇ ਜੀ ਤੁਹਾਨੂੰ ਆਪਣੇ ਕਲਾਇੰਟ ਦੀ ਐਕਟੀਵਿਟੀਜ਼ ਦੇ ਬਾਰੇ ਪਤਾ ਉਹ ਇਹ ਆਦਮੀ ਲੋਕਾਂ ਨੂੰ ਹੈਰਾਸ ਕਰ ਰਿਹਾ ਕਿਉਂਕਿ ਇਹ ਪਬਲਿਕ ਰੀਪ੍ਰਜੈਂਟੇਟਿਵ ਹੈ ਦੋ ਵਾਰੀ ਬਣ ਚੁੱਕਿਆ ਅਤੇ ਇਹ ਕਹਿੰਦੇ ਤਰੀਕਾ ਬਿਹੇਵ ਕਰਨ ਦਾ ਕਹਿੰਦੇ ਖੁਦ ਤਾਂ ਇਹ ਜਿਹੜੀ ਵਿਕਟਿਮ ਹੈ ਇਸ ਕੇਸ ਦੇ ਵਿੱਚ ਜਾਂ ਪੀੜਤ ਔਰਤ ਹੈ ਉਹਨੂੰ ਤਾਂ ਇਹ ਜੇਲ੍ਹ 'ਚ ਭੇਜਣਾ ਚਾਹੁੰਦਾ ਫਾਲਸ ਕੇਸ ਜਾਂ ਮੈਲਾਫਾਈਡ ਹਾਈ ਹੈਂਡਡਨੈਸ ਪੋਲੀਟੀਕਲ ਕਲਾਊਟ ਵਰਤ ਕੇ ਉਹਨੂੰ ਤਾਂ ਜੇਲ੍ਹ 'ਚ ਭੇਜਣਾ ਚਾਹੁੰਦਾ ਔਰ ਆਪਣੇ ਵਾਸਤੇ ਜਦੋਂ ਕੋਰਟ ਨੇ ਵਾਰੰਟ ਇਸ਼ੂ ਕੀਤੇ ਕੋਰਟ ਦੇ ਸਾਹਮਣੇ ਪੇਸ਼ ਨਹੀਂ ਹੋਏ ਅਤੇ ਫਿਰ ਕੋਰਟ ਨੇ ਕਿਹਾ ਜੀ ਇਹਨੂੰ ਅਰੈਸਟ ਕਰਕੇ ਲੈ ਕੇ ਆਓ ਫਿਰ ਇਹ ਉਹਦੇ ਵਾਸਤੇ ਐਂਟੀਸਿਪੇਟਰੀ ਬੇਲ ਭਾੜਦਾ ਸੋ ਫਿਰ ਕੋਰਟ ਨੇ ਕਿਹਾ ਜੀ ਕਿ ਤੁਸੀਂ ਇੱਕ ਤਾਂ ਜਿਹੜਾ ਹੈਗਾ ਸਿਮਰਜੀਤ ਬੈਂਸ ਦੇ ਵਕੀਲ ਨੂੰ ਕਿਹਾ ਤੁਸੀਂ ਇਹਦੇ ਉੱਤੇ ਸਾਨੂੰ ਐਫੀਡੈਵਿਟ ਦਿਓ ਸਾਰੇ ਦਾ ਸਾਰਾ ਦੂਸਰਾ ਜਿਹੜਾ ਐਡਵੋਕੇਟ ਜਨਰਲ ਨੂੰ ਵੀ ਬੁਲਾਇਆ ਅਤੇ ਐਡਵੋਕੇਟ ਜਨਰਲ ਨੂੰ ਵੀ ਕਿਹਾ ਵੀ ਤੁਸੀਂ ਇਹ ਜਿਹੜੀ ਹੈਗੀ ਆ ਸਟੇਟ ਜਿਹੜੀ ਹੈਗੀ ਆ ਸਰਕਾਰ ਆ ਪ੍ਰਸ਼ਾਸਨ ਹੈ ਉਹ ਜਿਹੜਾ ਆਮ ਨਾਗਰਿਕ ਹੈ ਉਹਦੀ ਜਿਹੜੀ ਇੰਨੀ ਵਾਇਲੇਸ਼ਨ ਹੋ ਰਹੀ ਆ ਉਹਦਾ ਕਿਵੇਂ ਹਿੱਸਾ ਬਣ ਸਕਦੀ ਆ ਤੁਸੀਂ ਅਲਾਓ ਹੀ ਨਹੀਂ ਕਰ ਸਕਦੇ ਕਹਿੰਦੇ ਜੀ ਅਸੀਂ ਜਿਹੜੀ ਸਟੇਟ ਕੈਨ ਨੋਟ ਬੀ ਪਾਰਟੀ ਟੂ ਦੀ ਮਿਸਯੂਜ਼ ਆਫ ਪੁਲਿਸ ਮਸ਼ੀਨਰੀ ਉਹਨਾਂ ਨੇ ਸਿੱਧੀ ਗੱਲ ਕੀਤੀ ਹੈ ਅਤੇ ਉਹਨਾਂ ਨੇ ਈਵਨ ਪੰਜਾਬ ਸਰਕਾਰ ਨੂੰ ਐਡਵੋਕੇਟ ਜਨਰਲ ਉੱਥੇ ਪੇਸ਼ ਹੋਏ ਡੀ ਐਸ ਪਟਵਾਲੀ ਹੈ ਉਹਨਾਂ ਨੂੰ ਕਿਹਾ ਤੁਹਾਡੀ ਸਟੇਟ 'ਚ ਹੋ ਕੀ ਰਿਹਾ ਸੋ ਉਹਨਾਂ ਨੇ ਕਿਹਾ ਜੀ ਇਹਦੇ ਉੱਤੇ ਈਵਨ ਜਿਹੜੀ ਹੈਗੀ ਆ ਪੰਜਾਬ ਸਰਕਾਰ ਆਪਣਾ ਐਫੀਡੈਵਿਟ ਦੇਵੇ ਸੋ ਇਹਦੇ ਵਿੱਚ ਆਪਣਾ ਵਾਸੂ ਜੀ ਅਸੀਂ ਇਹ ਕਹਿ ਸਕਦੇ ਸਿਮਰਜੀਤ ਬੈਂਸ ਵਾਸਤੇ ਮੁਸੀਬਤ ਦੀ ਜਿਹੜੀ ਤਲਵਾਰ ਆ ਉਵੇਂ ਦੀ ਉਵੇਂ ਲਟਕ ਰਹੀ ਜੀ ਪੰਦੇਰ ਸਾਹਿਬ ਇੱਕ ਸੀ ਵੋਟਰ ਵੱਲੋਂ ਸਰਵੇਖਣ ਕੀਤਾ ਗਿਆ ਉਹਦੇ 'ਚ ਕਿਹਾ ਗਿਆ ਕਹਿੰਦੇ ਅਜੇ ਵੀ ਸੰਭਾਵਨਾ ਹੈਗੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਸੂ ਜੀ ਪਹਿਲਾਂ ਵੀ ਗੱਲ ਕੀਤੀ ਹੈ ਕਿ ਮੇਰਾ ਆਪਣਾ ਜਿਹੜਾ ਨਿੱਜੀ ਤੌਰ 'ਤੇ ਮੈਂ ਇਹ ਜਿਹੜੇ ਸਰਵੇ ਹੈ ਇਹਨਾਂ 'ਚ ਕੋਈ ਬੜਾ ਵਿਸ਼ਵਾਸ ਹੈ ਨੀਗਾ ਕਿਉਂਕਿ ਮੇਰੇ ਆਪਣੇ ਕਾਰਨ ਨੇ ਕਿਸੇ ਫੇਅਰ ਟਾਈਮ 'ਤੇ ਆਪਾਂ ਉਹਦੇ ਡਿਸਕਸ ਕਰ ਲਾਂਗੇ ਪਰ ਕਿਉਂਕਿ ਇਹ ਸੁਰਖੀਆਂ ਬਣਦੇ ਆ ਔਰ ਲੋਕਾਂ ਦਾ ਜਿਹੜਾ ਹੈ ਧਿਆਨ ਇਹਨਾਂ ਦੇ ਵਿੱਚ ਜਾਂਦਾ ਸੀ ਵੋਟਰ ਨੇ ਔਰ ਆਈ ਏ ਐੱਨ ਐੱਸ ਇੱਕ ਖਬਰ ਏਜੰਸੀ ਆ ਉਹਨਾਂ ਨੇ ਇੱਕ ਇਹਨੂੰ ਇਹ ਨਹੀਂ ਕਹਿ ਸਕਦੇ ਸਰਵੇ ਆ ਪੰਜਾਬ ਟਰੈਕਰ ਕੀਤਾ ਉਹਨਾਂ ਨੇ ਇੱਕ ਟਰੈਂਡ ਵਾਸਤੇ ਜਿਹਨੂੰ ਕਹਿੰਦੇ ਆ ਉਹ ਸੀਗਾ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ 117 ਹਲਕਿਆਂ ਦੇ ਵਿੱਚ ਜਿਹੜੇ ਸੀ ਉਹਨਾਂ ਦੇ ਰਿਸਪੋਂਡੈਂਟ ਆ ਉਹਨਾਂ ਨੂੰ ਸਵਾਲ ਪੁੱਛੇ ਅਤੇ ਸਵਾਲ ਇਹ ਸੀ ਕਿ ਉਹ ਬੀ ਜੇ ਪੀ ਪੰਜਾਬ ਲੋਕ ਕਾਂਗਰਸ ਔਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਿਹੜਾ ਗੱਠਜੋੜ ਆ ਇਹਨਾਂ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਉਹ ਕਿੰਨਾ ਕੁ ਸੀਰੀਅਸ ਮੰਨਦੇ ਆ ਸੋ ਉਹ ਉਸ ਦੇ ਵਿੱਚ ਜਿਹੜਾ ਰਿਜ਼ਲਟ ਇਹ ਆਇਆ ਕਿ 30% ਤੋਂ ਉੱਤੇ ਜਿਹੜੇ ਲੋਕ ਨੇ ਉਹ ਪੰਜਾਬ ਦੇ ਇਹ ਮੰਨਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਹਾਲੇ ਵੀ ਇੱਕ ਸੀਰੀਅਸ ਕੰਟੈਸਟ ਦੇਣ ਦੇ ਲਈ ਪੂਰੇ ਸਕਸ਼ਮ ਨੇ ਔਰ ਉਹ ਕੋਈ ਵੀ ਸਰਪ੍ਰਾਈਜ਼ ਵੀ ਦੇ ਸਕਦੇ ਆ ਔਰ ਇਹਦੇ ਵਿੱਚ ਜਿਹੜੀ ਜਿਨ੍ਹਾਂ ਨੇ ਇਹ ਟਰੈਕਰ ਚਲਾਇਆ ਸੀ ਉਹਨਾਂ ਦਾ ਇਹ ਕਹਿਣਾ ਕਿ ਇਹ ਜ਼ਿਆਦਾ ਜਿਹੜਾ ਸੈਂਟੀਮੈਂਟ ਜਿਹੜਾ ਅਮਰਿੰਦਰ ਸਿੰਘ ਦੇ ਵੱਲ ਆ ਉਹ ਹਿੰਦੂ ਡੋਮੀਨੇਟਿਡ ਏਰੀਆਜ਼ ਖਾਸ ਕਰਕੇ ਦੁਆਬਾ ਔਰ ਮਾਝਾ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਨਜ਼ਰ ਆਇਆ ਮਾਲਵੇ ਦੇ ਵਿੱਚ ਜਿਹੜੇ ਪੇਂਡੂ ਹਲਕੇ ਆ ਖਾਸ ਤੌਰ 'ਤੇ ਜਿੱਥੇ ਜੱਟ ਸਿੱਖ ਵੋਟ ਜ਼ਿਆਦਾ ਜਿਹੜੀ ਹੈਗੀ ਆ ਮਜੋਰਿਟੀ 'ਚ ਆ ਉੱਥੇ ਇਹ ਰੁਝਾਨ ਨਜ਼ਰ ਨਹੀਂ ਆਉਂਦਾ ਸੋ ਜਿਹੜਾ ਸੀਗਾ ਜੀ ਉਹ ਗੱਲ ਕਰ ਰਿਹਾ ਕਿ ਜਿਹੜੀਆਂ 2019 ਦੀਆਂ ਚੋਣਾਂ ਸੀਗੀਆਂ ਉਹਦੇ ਵਿੱਚ ਬਿਹਾਰ ਦੀ ਜਿਹੜੀ ਇੱਕ ਉਹਨਾਂ ਨੇ ਐਗਜ਼ਾਮਪਲ ਦਿੱਤੀ ਆ
ਕਿ ਲੋਕ ਜਨ ਸ਼ਕਤੀ ਸੀ ਸਿਰਫ 8% ਵੋਟਾਂ ਪਈਆਂ ਸੀ ਬਿਹਾਰ ਦੇ ਵਿੱਚ, ਪਰ 6 ਲੋਕ ਸਭਾ ਦੀਆਂ ਸੀਟਾਂ ਲੈ ਗਏ ਸੀ। ਦੂਜੇ ਪਾਸੇ ਜਿਹੜੀ ਰਾਸ਼ਟਰੀ ਜਨਤਾ ਦਲ ਸੀ ਉਹਨੂੰ ਕਈ ਗੁਣਾ ਵੋਟਾਂ ਪਈਆਂ ਪਰ ਸੀਟ ਉਹਨਾਂ ਨੂੰ ਇੱਕ ਵੀ ਨਾ ਮਿਲੀ। ਇਹੋ ਜਿਹੇ ਟ੍ਰੈਂਡ ਹੋਰ ਜਿਹੜੇ ਹੈਗੇ ਆ, ਜਨਤਾ ਦਲ ਸੈਕੂਲਰ ਨੂੰ ਕਰਨਾਟਕਾ 'ਚ ਅਤੇ ਨੈਸ਼ਨਲ ਕਾਨਫਰੰਸ ਨੂੰ ਜੰਮੂ ਕਸ਼ਮੀਰ ਅਤੇ ਝਾਰਖੰਡ ਮੁਕਤੀ ਮੋਰਚਾ ਨੂੰ ਝਾਰਖੰਡ ਦੇ ਵਿੱਚ ਵੀ ਦੇਖਣ ਨੂੰ ਅਸੀਂ ਪਾਸਟ 'ਚ ਦੇਖ ਚੁੱਕੇ ਹਾਂ। ਸੋ ਇਹਦਾ ਟੋਟਲ ਉਹਨਾਂ ਦੇ ਅਨੈਲਿਸਿਸ ਵੀ ਉਹਨਾਂ ਨੇ ਕੀਤਾ ਵਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਅਕਾਲੀ ਦਲ ਬਾਦਲ ਜਿਹੜਾ ਹੈਗਾ ਧੜਾ, ਉਹਦੇ ਵੀ ਜਿਹੜੇ ਵੋਟਰਸ ਨੇ ਉਹ ਬੀਜੇਪੀ, ਪੰਜਾਬ ਲੋਕ ਕਾਂਗਰਸ ਔਰ ਅਕਾਲੀ ਦਲ ਸੰਯੁਕਤ ਦੇ ਕੰਬਾਈਨ ਨੂੰ ਹਲਕਾ ਨਹੀਂ ਲੈ ਰਹੇ। ਉਹਨਾਂ ਦੇ ਅੱਧੇ ਜਿਹੜੇ ਵੋਟਰ ਸੀਗੇ ਜਿਹੜੇ ਉਹ ਇਹ ਕਹਿ ਰਹੇ ਆ ਕਿ ਜਿਹੜੀ ਇਹ ਅਲਾਇੰਸ ਹੈ ਬੀਜੇਪੀ ਔਰ ਅਮਰਿੰਦਰ ਸਿੰਘ ਦਾ, ਉਹ ਕਹਿੰਦੇ ਨੇ ਇਹਨਾਂ ਦੇ ਕੈਂਡੀਡੇਟ ਪਹਿਲੀਆਂ 3 ਪੋਜੀਸ਼ਨ ਦੇ ਵਿੱਚ ਹੋਣਗੇ। ਸੋ ਇਹ ਕਾਫੀ ਜਿਹੜਾ ਇੰਪੋਰਟੈਂਟ ਬਣਦੀ ਹੈ, ਅਤੇ ਜਿਹੜੀ 2/3 ਬੀਜੇਪੀ ਦੇ ਵੋਟਰਸ ਨੇ ਉਹ ਕਹਿੰਦੇ ਜੀ ਇਹ ਬਹੁਤ ਵੱਡੀ ਫਾਈਟ ਜਿਹੜੀ ਅਲਾਇੰਸ ਦੇਵੇਗੀ, ਔਰ ਇਹ ਜਿਹੜੇ ਈਵਨ ਜਿਹੜੇ ਤੁਸੀਂ ਇਹ ਕਹਿ ਸਕਦੇ ਹੋ ਕੋਈ 40% ਜਿਹੜੇ ਕਾਂਗਰਸ ਦੇ ਸਪੋਰਟਰਸ ਨੇ ਉਹ ਵੀ ਮੰਨਦੇ ਆ ਕਿ ਜੀ ਇਹ ਵਧੀਆ ਫਾਈਟ ਹੋਊਗੀ। ਸੋ ਇੱਕ ਟ੍ਰੈਂਡ ਹੈ, ਜ਼ਿਆਦਾ ਜਿਹੜੀ 60% ਜਿਹੜੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੇ ਆ ਉਹ ਤਾਂ ਇਹਨਾਂ ਨੂੰ ਉਹ ਕਹਿੰਦੇ ਜੀ ਇਹ ਕਿਸੇ ਨੰਬਰ 'ਚ ਨਹੀਂ ਆਉਂਦਾ, ਕੋਈ ਗਿਣਤੀ 'ਚ ਨਹੀਂ ਹੈਗਾ ਅਲਾਇੰਸ। ਸੋ ਇੱਕ ਮੂਡ ਜੋ ਪੰਜਾਬ ਦਾ, ਕਿਉਂਕਿ ਵਾਸੂ ਜੀ ਸਾਨੂੰ ਇਹਨਾਂ ਦੀਆਂ ਇਹ ਖਬਰਾਂ ਦੇਣ ਦਾ ਇਸ ਲਈ ਸਾਨੂੰ ਸਾਡੀ ਵੀ ਮਜਬੂਰੀ ਬਣ ਜਾਂਦੀ ਆ ਕਿਉਂਕਿ ਇਸ ਵੇਲੇ ਨਾ ਤਾਂ ਰੈਲੀਆਂ ਹੋ ਰਹੀਆਂ ਨੇ ਨਾ ਵੱਡੇ ਇਕੱਠ ਹੋ ਰਹੇ ਆ, ਤੇ ਲੋਕਾਂ ਦਾ ਮੂਡ ਘਰ ਜਿਹੜੀ ਕੈਂਪੇਨ ਹੈ ਉਹ ਲਿਮਿਟਿਡ ਲੋਕਾਂ ਦੇ ਨਾਲ ਜਿਹੜੀ ਹੈਗੀ ਆ ਘਰ ਘਰ ਜਾ ਕੇ ਆ, ਛੋਟੇ ਜਿਹੜੀ ਆ ਨੁੱਕੜ ਮੀਟਿੰਗ ਦੇ ਵਿੱਚ ਹੁੰਦੀਆਂ ਨੇ ਉਹਦੇ ਵਿੱਚ ਲੋਕੀ ਬੜਾ ਕੋਈ ਰਿਸਪੋਂਡ ਨਹੀਂ ਕਰਦੇ। ਸੋ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਹਮੇਸ਼ਾ ਇਹ ਹੁੰਦਾ ਵੀ ਪੰਜਾਬ 'ਚ ਹੋ ਕੀ ਰਿਹਾ, ਸਪੈਸ਼ਲੀ ਜਿਹੜੇ ਤੁਹਾਡੇ ਉੱਥੇ ਕੈਨੇਡਾ 'ਚ ਆ ਹੋਰ ਬਾਹਰ ਬੈਠੇ ਆ ਭਾਰਤ ਤੋਂ ਬਾਹਰ ਪੰਜਾਬ ਤੋਂ ਦੂਰ ਨੇ, ਉਹਨਾਂ ਨੂੰ ਇਹ ਹਮੇਸ਼ਾ ਲੱਗਾ ਰਹਿੰਦਾ ਵੀ ਸਾਨੂੰ ਕੁਛ ਨਾ ਕੁਛ ਮਿਲੇ। ਸੋ ਇਹ ਜਿਹੜੇ ਇਹ ਟਰੈਕਰਸ ਨੇ ਇਹ ਕੋਈ ਇਲੈਕਸ਼ਨ ਰਿਜ਼ਲਟ ਨਹੀਂ ਹੈ, ਇਹ ਇੱਕ ਮੂਡ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਤੁਹਾਨੂੰ ਦੇਖਣ ਨੂੰ ਲੱਗਦਾ ਵੀ ਖੁੰਡ ਚਰਚਾ ਦੇ ਵਿੱਚ ਕੀ ਗੱਲਬਾਤ ਹੁੰਦੀ ਆ ਉਹਦਾ ਇੱਕ ਟ੍ਰੈਂਡ, ਉਹਦਾ ਇੱਕ ਰੰਗ ਜ਼ਰੂਰ ਦੇ ਦਿੰਦੇ ਨੇ। ਪਰ ਇਹ ਮੈਂ ਫਿਰ ਉਹੀ ਗੱਲ ਕਰਦਾ, ਇਹਨਾਂ ਨੂੰ ਇਹ ਨਹੀਂ ਮੰਨ ਲੈਣਾ ਚਾਹੀਦਾ ਜੀ ਕਿ ਇਹੀ ਰਿਜ਼ਲਟ ਆਊਗਾ। ਓਕੇ, ਬਹੁਤ ਵਾਰੀ ਹੁੰਦਾ ਕਿ ਅਜੇ ਸਰਵੇ ਔਰ ਰਿਜ਼ਲਟ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਬਿਲਕੁਲ ਪੰਦੇਰ ਸਾਹਿਬ, ਇੱਕ ਹੈਦਰਾਬਾਦ ਤੋਂ ਬੜੇ ਫਾਇਰ ਬ੍ਰੈਂਡ ਮੁਸਲਿਮ ਲੀਡਰ ਨੇ ਅਸਦ ਉਦੀਨ ਓਵੈਸੀ, ਮੇਰਠ ਦੇ ਕੋਲ ਉਹਨਾਂ ਦੀ ਗੱਡੀ ਦੇ ਉੱਤੇ ਹਮਲਾ ਹੋਇਆ, ਬਚਾਅ ਹੋ ਗਿਆ ਕਹਿੰਦੇ। ਹਾਂਜੀ ਬਿਲਕੁਲ, ਅਸਦਉਦੀਨ ਓਵੈਸੀ ਜਿਹੜੇ ਹੈਗੇ ਆ, ਜਿਹੜੀ ਇੱਕ ਹੈਗੀ ਪੋਲੀਟੀਕਲ ਪਾਰਟੀ ਹੈ ਹੈਦਰਾਬਾਦ ਤੋਂ, ਆਲ ਇੰਡੀਆ ਮਜਲਿਸ ਇਤਿਹਾਦ ਉਲ ਮੁਸਲਮੀਨ ਉਹਦੇ ਇਹ ਪ੍ਰਧਾਨ ਨੇ, ਅਤੇ ਲੋਕ ਸਭਾ 'ਚ ਔਰ ਈਵਨ ਟੀਵੀ ਡਿਬੇਟਸ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਤਕਰੀਰਾਂ ਹੁੰਦੀਆਂ ਨੇ ਉਹ ਲੋਕਾਂ ਦੀ ਕਾਫੀ ਅਟੈਂਸ਼ਨ ਲੈਂਦੀਆਂ ਨੇ, ਉਹਨਾਂ ਦੇ ਸਪੋਰਟਰਸ ਦੀ ਵੀ ਅਤੇ ਉਹਨਾਂ ਦੇ ਜਿਹੜੇ ਵਿਰੋਧੀ ਨੇ ਉਹਨਾਂ ਦੀ ਵੀ, ਅਤੇ ਬੜਾ ਖੁੱਲ੍ਹ ਕੇ ਬੋਲਦੇ ਆ। ਸੋ ਉਹਨਾਂ ਨੇ ਵੀ ਆਪਣੇ ਕੈਂਡੀਡੇਟ ਯੂਪੀ ਦੇ ਵਿੱਚ ਔਰ ਉੱਤਰਾਖੰਡ ਦੇ ਵਿੱਚ ਖੜੇ ਕੀਤੇ ਹੋਏ ਆ, ਜਿੱਥੇ ਸਪੈਸ਼ਲੀ ਮੁਸਲਿਮ ਪਾਪੂਲੇਸ਼ਨ ਕਾਫੀ ਹੈਗੀ ਆ, ਜਿਹਦੇ ਉੱਤੇ ਅਗੇਨ ਕਈ ਵਾਰੀ ਲੋਕ ਇਹ ਕਹਿੰਦੇ ਜੀ ਉਹ ਇਨਡਾਇਰੈਕਟਲੀ ਬੀਜੇਪੀ ਨੂੰ ਹੀ ਹੈਲਪ ਕਰਦਾ ਕਿ ਉਹਨਾਂ ਦੀਆਂ ਮੁਸਲਮਾਨਾਂ ਦੀਆਂ ਵੋਟਾਂ ਇੱਕ ਪਾਸੇ ਲੈ ਜਾਂਦੇ ਨੇ ਅਤੇ ਜਿਹੜੀ ਬੀਜੇਪੀ ਦੇ ਖਿਲਾਫ਼ ਵੋਟ ਪੈਣੀ ਹੁੰਦੀ ਆ ਉਹ ਉਹਦੇ ਵਿੱਚ ਵੰਡ ਪੈ ਜਾਂਦੀ ਹੈ। ਚਲੋ ਖੈਰ, ਅਸੀਂ ਉਹਦੇ ਵਿੱਚ ਅਸੀਂ ਵੀ ਬਹੁਤ ਦੂਰ ਬੈਠੇ ਹਾਂ, ਯੂਪੀ ਦੀਆਂ ਜਿਹੜੀ ਫਾਈਨਰ ਪੋਲੀਟਿਕਸ ਕਿਸ ਤਰ੍ਹਾਂ ਚੱਲਦੀ ਹੈ ਉਹਨੂੰ ਨਹੀਂ ਅੰਡਰਸਟੈਂਡ ਕਰ ਸਕਦੇ, ਸੈਕਿੰਡ ਹੈਂਡ ਜਾਂ ਥਰਡ ਹੈਂਡ ਇਨਫੋਰਮੇਸ਼ਨ ਦੇ ਉੱਤੇ ਹੀ। ਪਰ ਜਿਹੜਾ ਕੱਲ੍ਹ ਦਾ ਇੰਸੀਡੈਂਟ ਆ ਉਹ ਇਹ ਆ ਕਿ ਵੈਸੇ ਉਹਨੇ ਆਪਣਾ ਮੇਰਠ ਦੇ ਆਸ ਪਾਸ ਕੱਲ੍ਹ ਸਾਰਾ ਦਿਨ ਉਹਨਾਂ ਨੇ ਕੰਪੇਨ ਕੀਤਾ, ਅਤੇ ਜਦ ਉਹ ਵਾਪਸ ਆ ਰਹੇ ਸੀ ਤਾਂ ਮੋਟਰਸਾਈਕਲ 'ਤੇ ਸਵਾਰ ਉਹਨਾਂ ਦੇ ਬੰਦਿਆਂ ਨੇ, ਇੱਕ ਨੇ ਹੁੱਡੀ ਪਾਈ ਹੋਈ ਸੀ, ਉਹਨਾਂ 'ਤੇ ਗੋਲੀਆਂ ਚਲਾਈਆਂ, ਅਤੇ ਵੈਸੇ ਉਹਨਾਂ ਦਾ ਇਹ ਕਹਿਣਾ ਕਿ ਟਾਇਰ ਪੰਕਚਰ ਹੋ ਗਿਆ, ਤੇ ਫਿਰ ਉਹਨਾਂ ਨੂੰ ਗੱਡੀ ਚੇਂਜ ਕਰਨੀ ਪਈ। ਔਰ ਉਹਨਾਂ ਨੇ ਦਿਖਾਇਆ ਵੀ ਉੱਥੇ ਕਿ ਉਹਨਾਂ ਦੇ ਉਹਦੇ 'ਚ 3-4 ਗੋਲੀਆਂ ਦੇ ਨਿਸ਼ਾਨ ਉਹਨਾਂ ਦੀ ਗੱਡੀ ਦੇ ਉੱਪਰ ਹੈਗੇ ਆ। ਇਹ ਇੰਸੀਡੈਂਟ ਹੋਇਆ ਕੋਈ 86 ਟੋਲ ਪਲਾਜ਼ਾ ਦੇ ਨੇੜੇ ਆ, ਪਿਖੂਵਾ ਹਾਪੁਰ ਡਿਸਟ੍ਰਿਕਟ ਦੇ ਵਿੱਚ ਆ। ਸੋ ਉਹਨਾਂ ਨੇ ਗੱਲ ਕੀਤੀ ਹੈ ਕਿ ਜੀ ਇੱਕ ਬੰਦਾ ਸਚਿਨ ਸ਼ਰਮਾ
ਕੋਈ ਬਦਲਪੁਰ ਗੌਤਮ ਬੁੱਧ ਨਗਰ ਦਾ ਵੀ ਉਹਨੂੰ ਅਰੈਸਟ ਵੀ ਕਰ ਲਿਆ ਪੁਲਿਸ ਨੇ ਉਹਦੇ ਕੋਲੋਂ ਇੱਕ ਅਨਲਾਈਸੈਂਸਡ ਜਿਹੜਾ ਹੈਗਾ ਜੀ ਪਿਸਤੌਲ ਵੀ ਰਿਕਵਰ ਕਰ ਲਿਆ ਇੱਕ ਵਾਈਟ ਆਲਟੋ ਵੀ ਰਿਕਵਰ ਕੀਤੀ ਆ ਸ਼ਰਮਾ ਦਾ ਇੱਕ ਅਕੰਪਲਿਸ ਹੈਗਾ ਉਹਨੂੰ ਸ਼ੁਭਮ ਕਿਹਾ ਜਾਂਦਾ ਉਹ ਮੌਕੇ ਤੋਂ ਭੱਜ ਗਿਆ ਪਰ ਫਿਰ ਕਹਿੰਦੇ ਜੀ ਉਹਨੂੰ ਫੜ ਲਿੱਤਾ ਗਿਆ ਔਰ ਉਹਨਾਂ ਨੇ ਕਿਹਾ ਜੀ ਦੋਨਾਂ ਨੇ ਕਿਹਾ ਕਿ ਸਾਨੂੰ ਓਵੈਸੀ ਦਾ ਜਿਹੜਾ ਐਂਟੀ ਹਿੰਦੂ ਸਪੀਚਿਸ ਨੇ ਉਹਨਾਂ ਦੇ ਉੱਤੇ ਸਾਨੂੰ ਬੜਾ ਗੁੱਸਾ ਸੀ ਤੇ ਅਸੀਂ ਉਹਨੂੰ ਇੱਕ ਸਬਕ ਸਿਖਾਉਣਾ ਚਾਹੁੰਦੇ ਸੀ ਆਈ ਐਮ ਸੋਰੀ ਮੈਂ ਮੋਟਰਸਾਈਕਲ ਦਾ ਕਿਹਾ ਸੀ ਉਹ ਆਈ ਥਿੰਕ ਕਾਰ ਦੇ ਵਿੱਚ ਸਨ ਜਿਹਨਾਂ ਨੇ ਗੱਡੀ ਚਲਾਈ ਹੈ ਤਾਂ ਜਿਹੜੇ ਪ੍ਰਸ਼ਾਂਤ ਕੁਮਾਰ ਨੇ ਏ ਡੀ ਜੀ ਉੱਥੇ ਲਾਅ ਐਂਡ ਆਰਡਰ ਜਿਹੜੇ ਹੈਗੇ ਉਹਨਾਂ ਨੇ ਕਿਹਾ ਵੀ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲਿਆ ਇਹਦੇ ਵਿੱਚ ਜਿਹੜੇ ਐਮ ਪੀ ਦੇ ਕਨਵੋਏ ਸੀ ਉਹਦੇ ਉੱਤੇ ਜਦੋਂ ਪਤਾ ਲੱਗਿਆ ਵੀ ਗੋਲੀ ਚਲਾਈ ਗਈ ਆ ਵੀਡੀਓ ਫੁਟੇਜ ਪਤਾ ਕੀਤੀ ਤੇ ਸਸਪੈਕਟਸ ਅਸੀਂ ਕਹਿੰਦੇ ਕਾਬੂ ਕਰ ਲਿਆ ਪਿਸਤੌਲ ਜਿਹੜਾ ਰਿਕਵਰ ਕਰ ਲਿਆ ਜਿਹੜਾ ਵੈਪਨ ਉਸ ਕਾਰ ਜਿਹੜਾ ਵਾਰਦਾਤ 'ਚ ਇਸਤੇਮਾਲ ਹੋਇਆ ਸੋ ਕਹਿੰਦੇ ਬੜੀ ਜਲਦੀ ਇਹਦੇ 'ਚ ਅਸੀਂ ਜਿਹੜੀ ਹੈਗੀ ਆ ਕਾਰਵਾਈ ਸ਼ੁਰੂ ਕਰ ਦਿਆਂਗੇ ਪਰ ਵੈਸੇ ਉਹਨਾਂ ਦਾ ਸੀਗਾ ਜੀ ਕਿ ਇਹਦੇ 'ਚ ਇੱਕ ਇੰਡੀਪੈਂਡੈਂਟ ਜਿਹੜੀ ਹੈਗੀ ਆ ਇਨਕੁਆਇਰੀ ਹੋਣੀ ਚਾਹੀਦੀ ਆ ਕਿਉਂਕਿ ਜਿਹੜਾ ਇਹ ਸ਼ਰਮਾ ਹੈ ਸਚਿਨ ਸ਼ਰਮਾ ਜਿਹੜਾ ਹੈ ਉਹ ਉਹਦੀਆਂ ਉਹਨੇ ਜਿਹੜੀਆਂ ਫੇਸਬੁੱਕ ਦੇ ਉੱਤੇ ਆਪਣੀਆਂ ਫੋਟੋਆਂ ਪਾਈਆਂ ਨੇ ਉਹ ਇੱਕ ਬੀਜੇਪੀ ਫੰਕਸ਼ਨਰੀਜ਼ ਦੇ ਨਾਲ ਉਹ ਦੇਖਣ ਨੂੰ ਨਜ਼ਰ ਆਉਂਦਾ ਇਹ ਇਸ ਤਰ੍ਹਾਂ ਦੀਆਂ ਹੀ ਕਈ ਵਾਰੀ ਆਪਣੀਆਂ ਵਾਸੂ ਜੀ ਜਦੋਂ ਪਹਿਲਾਂ ਵੀ ਹੋਈਆਂ ਨੇ ਕਈ ਇੰਸੀਡੈਂਟਸ ਜਿਨ੍ਹਾਂ ਨੇ ਗੋਲੀ ਵਗੈਰਾ ਚਲਾਈ ਆ ਈਵਨ ਜਦੋਂ ਜਿਹੜਾ ਨੈਸ਼ਨਲ ਰਜਿਸਟ੍ਰੇਸ਼ਨ ਸਰਟੀਫਿਕੇਟ ਵਾਲਾ ਪ੍ਰੋਟੈਸਟ ਸੀ ਸੀਏ ਦੇ ਖਿਲਾਫ ਸੀ ਉਦੋਂ ਵੀ ਕੁਛ ਗੋਲੀਆਂ ਚਲਾਈਆਂ ਸੀ ਤਾਂ ਉਦੋਂ ਵੀ ਉਹ ਜਿਹੜੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਉਹ ਬੀਜੇਪੀ ਦੇ ਨੇੜੇ ਲੋਕੀ ਨਜ਼ਰ ਆਏ ਸੀ ਬੀਜੇਪੀ ਦੇ ਨੇਤਾਵਾਂ ਦੇ ਨਾਲ ਆਏ ਸੀ ਜਦੋਂ ਕਿਸਾਨਾਂ ਦਾ ਅੰਦੋਲਨ ਚੱਲਿਆ ਸੀ ਜਿਸ ਤਰ੍ਹਾਂ ਉਹ ਲਖਬੀਰ ਸਿੰਘ ਨੂੰ ਨਿਹੰਗਾਂ ਨੇ ਉੱਥੇ ਵੱਢ ਕੇ ਟੰਗ ਦਿੱਤਾ ਸੀ ਉਦੋਂ ਬਾਅਦ ਚੋਂ ਨਿਹੰਗ ਅਮਨੇ ਦੀ ਵੀ ਜਿਹੜੀ ਅਸੀਂ ਫੋਟੋਆਂ ਨਰਿੰਦਰ ਤੋਮਰ ਐਗਰੀਕਲਚਰ ਮਿਨਿਸਟਰ ਔਰ ਹੋਰ ਬੀਜੇਪੀ ਮਿਨਿਸਟਰ ਦੇ ਨਾਲ ਨਜ਼ਰ ਆਈਆਂ ਸੀ ਸੋ ਕਈ ਕੁਛ ਬੀਜੇਪੀ ਦੇ ਲੀਡਰ ਦੇ ਨਾਲ ਜਿਹੜੇ ਲੋਕੀ ਉਹਨਾਂ ਦੇ ਨਾਲ ਕੰਮ ਕਰਦੇ ਨੇ ਉਹ ਇਹੋ ਜਿਹੇ ਵਾਇਲੈਂਟ ਇੰਸੀਡੈਂਟਸ ਦੇ ਨਾਲ ਜਿਹੜੇ ਹੈਗੇ ਆ ਇਨਵੋਲਵ ਹੁੰਦੇ ਆ ਤਾਂ ਕੰਟਰੋਵਰਸੀ ਬਣਦੀ ਹੈ ਚੋਣਾਂ ਦੇ ਦੌਰਾਨ ਜਦੋਂ ਇਹੋ ਜਿਹੇ ਇੰਸੀਡੈਂਟ ਹੁੰਦੇ ਆ ਤਾਂ ਉਹ ਸੁਰਖੀਆਂ ਵੀ ਬਣਦੇ ਜੀ ਪੰਦੇਰ ਸਾਹਿਬ ਹੁਣ ਚਾਈਨਾ ਦੇ ਵਿੱਚ ਵਿੰਟਰ ਓਲੰਪਿਕ ਸ਼ੁਰੂ ਹੋ ਗਈਆਂ ਨੇ ਜਿਹੜੇ ਪੱਛਮੀ ਮੁਲਕ ਨੇ ਕੈਨੇਡਾ ਯੂ ਐੱਸ ਇਹਨਾਂ ਵੱਲੋਂ ਤਾਂ ਪਿਛਲੇ ਸਾਲ ਦਸੰਬਰ 'ਚ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਇਹਨਾਂ ਗੇਮਸ ਦਾ ਡਿਪਲੋਮੈਟਿਕ ਬਾਇਕਆਊਟ ਕੀਤਾ ਜਾਏਗਾ ਭਾਰਤ ਵੱਲੋਂ ਇਹ ਐਲਾਨ ਅੱਜ ਕੀਤਾ ਗਿਆ ਕੀ ਕਾਰਨ ਰਿਹਾ ਜੀ ਉਹਦੇ ਪਿੱਛੇ ਇਹਦੀ ਦੋ ਤਿੰਨ ਇੰਸੀਡੈਂਟ ਤੁਸੀਂ ਕਹਿ ਲਓ ਜੀ ਇਕੱਠੇ ਹੋ ਗਏ ਜੇ ਜਿਹੜੀ ਗਲਵਾਨ ਘਾਟੀ ਦੇ ਵਿੱਚ ਪਿਛਲੇ ਦਿਨੀ ਜਦੋਂ ਆਪਣੇ ਜੂਨ 2020 ਦੇ ਵਿੱਚ ਕਹਿ ਲਓ ਉਦੋਂ ਜਦੋਂ ਉੱਥੇ ਕਲੈਸ਼ ਹੋਇਆ ਸੀ ਜੀ ਜੀ ਲਦਾਖ ਦੇ ਖੇਤਰ ਦੇ ਵਿੱਚ ਜਿਹਦੇ 'ਚ 20 ਭਾਰਤ ਦੇ ਫੌਜੀ ਸ਼ਹੀਦ ਹੋ ਗਏ ਸੀ ਉਸ ਦਾ ਇੱਕ ਕਮਾਂਡਰ ਜਿਹੜਾ ਹੈ ਉਹਦਾ ਨਾਮ ਜਿਹੜਾ ਹੈਗਾ ਕੀ ਫਾਬੋ ਉਹਨੂੰ ਜਿਹੜਾ ਹੈਗਾ ਉਹ ਪੀਪਲਸ ਲਿਬਰੇਸ਼ਨ ਆਰਮੀ ਦਾ ਰੈਜੀਮੈਂਟ ਕਮਾਂਡਰ ਹੈ ਉਹਨੂੰ ਟੋਰਚ ਬੇਅਰਰ ਬਣਾਇਆ ਜੀ ਔਰ ਉਹ ਉਸ ਜਿਹੜਾ ਸੀ ਕਲੈਸ਼ ਦੇ ਵਿੱਚ ਇਨਵੋਲਵ ਸੀ ਇੰਜਰ ਵੀ ਹੋਇਆ ਸੀ ਔਰ ਉਹਦੇ ਸਿਰ 'ਤੇ ਇੰਜਰੀ ਹੋਈ ਸੀ ਔਰ ਉਹਨੂੰ ਉਹਦੇ 'ਚ ਉਹਨੂੰ ਮਸ਼ਾਲ ਲੈ ਕੇ ਚੱਲੇਗਾ ਇਹਦਾ ਭਾਰਤ ਨੂੰ ਬੜਾ ਇਤਰਾਜ਼ ਹੋਇਆ ਭਾਰਤ ਨੇ ਕਿਹਾ ਜੀ ਕਿ ਸ਼ਾਇਦ ਸਾਨੂੰ ਇਸ ਗੱਲ ਦਾ ਪਤਾ ਹੀ ਨਾ ਹੁੰਦਾ ਅਸੀਂ ਤੁਹਾਨੂੰ ਐਥਲੀਟ ਹੀ ਮੰਨਦੇ ਪਰ ਜਿਹੜੀ ਚਾਈਨੀਜ਼ ਆਫੀਸ਼ੀਅਲ ਮੀਡੀਆ ਉਹਨੇ ਉਸਨੂੰ ਬੜਾ ਪੋਲੀਟੀਸਾਈਜ਼ ਕਰਨ ਦੀ ਕੀਤੀ ਹੈ ਕੱਲ੍ਹ ਗੱਲ ਅਤੇ ਉਹਦੇ ਰਿਐਕਸ਼ਨ ਦੇ ਵਿੱਚ ਜਿਹੜਾ ਹੈ ਭਾਰਤ ਨੇ ਕਿਹਾ ਕਿ ਇਹਨਾਂ ਦੇ ਜਿਹੜੇ ਡਿਪਲੋਮੈਟਿਕ ਜਿਹੜੀ ਜਿਸ ਤਰ੍ਹਾਂ ਐਮਬੈਸੀ ਦਾ ਸਟਾਫ ਹੈ ਜਾਂ ਹੋਰ ਵੀ ਜਿਹੜੇ ਲੋਕ ਹੋਣਗੇ ਆਫੀਸ਼ੀਅਲਸ ਹੋਣਗੇ ਜਿਹੜੇ ਆਫੀਸ਼ੀਅਲਸ ਜਿਹੜੀ ਬੇਸ਼ੱਕ ਇੱਕ ਛੋਟਾ ਹੀ ਕੰਟਿੰਜੈਂਟ ਜਾਂਦਾ ਭਾਰਤ ਵਿੰਟਰ ਓਲੰਪਿਕਸ 'ਚ ਬਹੁਤ ਵੱਡੀ ਜਿਹੜਾ ਕੰਟਿੰਜੈਂਟ ਨਹੀਂ ਲੈ ਕੇ ਜਾਂਦਾ ਔਰ ਉਹਦੇ ਕੰਟਿੰਜੈਂਟ ਦੇ ਆਫੀਸ਼ੀਅਲਸ ਵੀ ਜਿਹੜੇ ਹੈਗੇ ਆ ਉਹ ਓਪਨਿੰਗ ਔਰ ਕਲੋਜ਼ਿੰਗ ਸੈਰਮਨੀ ਦੇ ਵਿੱਚ ਐਜ਼ ਪ੍ਰੋਟੈਸਟ ਨਹੀਂ ਕਰਨਗੇ ਔਰ ਭਾਰਤ ਨੇ ਆਪਣਾ ਇਸ ਦਾ ਜਿਹੜਾ ਹੈਗਾ ਇਤਰਾਜ਼ ਵੀ ਦਰਜ ਕਰਾਇਆ ਇੱਕ ਹੋਰ ਇਸ ਦੇ ਨਾਲ ਰਿਲੇਟਡ ਜਿਹੜੀ ਨਾਲ ਖਬਰ ਇਹ ਆਈ ਹੈ ਕਿ ਇੱਕ ਆਸਟ੍ਰੇਲੀਆ ਦਾ ਕੋਈ ਅਖਬਾਰ ਹੈ ਦਿ ਕਲੈਕਸੋਨ ਉਹਨਾਂ ਦੀ ਇੱਕ ਰਿਪੋਰਟ ਹੈ ਉਹਦੇ 'ਚ ਇੱਕ ਉਹਨਾਂ ਦਾ ਕੋਈ ਇਨਵੈਸਟੀਗੇਟਿਵ ਜਰਨਲਿਸਟ ਹੈ ਅਤੇ ਉਹਨਾਂ ਨੇ ਕਿਹਾ ਕਿ ਗਲਵਾਨ ਘਾਟੀ ਦੇ ਵਿੱਚ ਉਹ ਉਦੋਂ ਜਿਹੜਾ ਕਲੈਸ਼ ਹੋਇਆ ਸੀ ਉਸ ਜਿਹੜਾ ਜੂਨ 2020 ਦਾ ਸੀ ਉਹਦੇ 'ਚ ਚੀਨ ਦੇ 38 ਸੈਨਿਕ ਜਿਹੜੇ ਸੀ ਉਹ ਵੀ ਮਾਰੇ ਗਏ ਸੀ ਬੇਸ਼ੱਕ ਚੀਨ ਹੁਣ ਤੱਕ ਸਿਰਫ 4 ਫੌਜੀਆਂ ਦੇ ਮਾਰੇ ਜਾਣ ਦੀ ਗੱਲ ਕਰਦਾ ਵਾ ਸੋ ਉਹਨਾਂ ਦਾ ਜਿਹੜਾ ਰਿਪੋਰਟਰ ਆ ਉਹਨੇ
पीपल्स लिबरेशन आर्मी दे वलों या सरकारी बयान या सरकारी रिकॉर्ड या सरकारी क्लेम्स नू कठे अलग अलग जगह तो कठे करके उन्हें यह इनफॉरमेशन दी है। नाल दी नाल एक होर गल इहदे नाल पर रिलेट एक करदे आ कि कल जिहड़ा सीगा रादर परसों जदों राहुल गांधी ने पार्लियामेंट च बयान दिता सी कि पाकिस्तान ते चाइना दा एक नैक्सस चल रहा है, हुण एक होर इहदे च डिवेलपमेंट यह आ रही है कि हो सकदा है कि प्रधानमंत्री मोदी जिहड़े हैगे आने वाले दिनों दे विच कुछ देखो महीने दो महीने च पाकिस्तान दी फेरी ते जा सकदे आ। मिनिस्ट्री ऑफ एक्सटर्नल अफेयर्स ने इस गल दे उत्ते ना तो पुष्टि की है ना इनकार किया। गल ये हुई है कि बेशक पंजाब दे विच तां आम आदमी पार्टी भी नवजोत सिद्धू भी और होर भी लोकी कहिंदे आ कि पाकिस्तान दे नाल जिहड़ी हैगी आ ट्रेड खुलना चाहीदा। पाकिस्तान दे इक मन्ने परमन्ने बिजनेसमैन मियाँ मुहम्मद मनशाह जिहड़े हैगा उह पिछले दिनी इंडिया च आए आ, शायद प्रधानमंत्री नूं और होर जिहड़े इंपोर्टेंट लोकी आ उन्हां नूं मिले आ। इहनूं बैकडोर जिहड़ी डिप्लोमेसी आ उह कहा जा रहा पाकिस्तान दे विच वी जिहड़ा उधर प्रेशर ये पै रहा कि बड़ी काफ़ी प्रॉब्लम्स ने इकनोमिक प्रॉब्लम्स ने जद तक असीं भारत दे नाल असीं सुलह नहीं कर लैंदे उदों तक पाकिस्तान नहीं तरक्की कर सकता। सो जिहड़ा इह गल आ रही है राहुल गांधी कहिंदे नैक्सस है। सो एक पासे भारत जिहड़ा हैगा चाइना दे नाल ऑफेंसिव दे उत्ते अपनी डिप्लोमेसी कर रहा और भारत दे जिहड़ा उन्हां ने एक पिछे जे चाइना ने एक लड़का अरुणाचल दे विच अगवा कर रहा सी चीनी फौज ने वह वापस किया टॉर्चर दे भी प्रोटेस्ट किया। दूसरे पासे पाकिस्तान दे नाल भारत ने अपनी डिप्लोमेसी स्टार्ट की है। सो कूटनीतिक लैवल दे उत्ते भी जिस तरह राहुल गांधी ने कहा कि भारत इंटरनेशनल लैवल ते कला पै गया। सो केंद्र सरकार वालों एक एफर्ट देखने नूं मनी जा सकती है आने वाले दिनों चाहिए कितने तक कदों पुष्टि करती है केंद्र सरकार देखने वाली गल होगी या जिहड़ी इह बैकडोर जिहड़ी डिप्लोमेसी है इह किन्ना क सक्सैसफुल हुंदी है इहदे उत्ते नज़र बनी रहेगी मीडिया दी भी ते बहुत सारे जिहड़े बिजनेस इंटरस्ट है भारत दे वड्डियां कंपनियां भी चाहुंदियां ने कि पाकिस्तान दे थ्रू जिहड़ी हैगी आ सेंट्रल एशिया तक पहुंचा जाए और ओह एक वड्डा इंटरस्ट ओह भी है पंजाब दा तां चलो बणदा ही है। बिल्कुल पंधेर साहब, ये सारियां खबरां साडे नाल सांझियां करन लई बहुत बहुत धन्नवाद। कल फिर गलबात होएगी जी। शुक्रिया जी।